ਪ੍ਰੋਗਰਾਮ ਅੱਜ ਦਾ ਮੁੱਦਾ ਵਿੱਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅਸੀਂ ਪਿਛਲੇ ਹਫ਼ਤੇ ਗੱਲ ਸ਼ੁਰੂ ਕੀਤੀ ਸੀ ਅਮਰੀਕਾ ਦੇ ਰਾਜਨੀਤਿਕ ਬਣਤਰ ਦੀ। ਸਾਨੂੰ ਬਹੁਤ ਕਾਲਰਸ ਦੀ ਇਹ ਰਿਕੁਐਸਟ ਆਈਆਂ ਕਿ ਅਸੀਂ ਜਿਹੜੀ ਅਮੈਰੀਕਨ ਪੋਲੀਟਿਕਸ ਹੈ, ਅਮੈਰੀਕਾ ਦੀ ਪੋਲੀਟਿਕਸ ਦੀ ਜਿਹੜੀ ਬਣਤਰ ਹੈ, ਉਸਦੀ ਕੋਨਸਟੀਟਿਊਸ਼ਨ ਦੀ, ਉਸਦੀ ਕੋਨਸਟੀਟਿਊਸ਼ਨਲ ਹਿਸਟਰੀ ਦੀ ਥੋੜ੍ਹੀ ਜ਼ਿਆਦਾ ਗੱਲ ਕਰੀਏ, ਥੋੜ੍ਹੇ ਵਿਸਤਾਰ ਵਿੱਚ ਲੋਕਾਂ ਨੂੰ ਸਮਝਾਈਏ। ਅਤੇ ਅੱਜ ਅਸੀਂ ਗੱਲ ਕਰਾਂਗੇ ਰਾਈਟ ਫਰੋਮ ਦਾ ਬਿਗਿਨਿੰਗ, 1776 ਵਿੱਚ ਜਦ ਅਮੈਰੀਕਾ ਦੀ ਆਜ਼ਾਦੀ ਹੁੰਦੀ ਹੈ, ਉੱਥੋਂ ਲੈ ਕੇ ਹੁਣ ਤੱਕ ਕਿਸ ਤਰੀਕੇ ਨਾਲ ਅਮੈਰੀਕਾ ਦੀ ਰਾਜਨੀਤੀ ਡਿਵੈਲਪ ਹੋਈ ਹੈ, ਇਸ ਬਾਰੇ ਅਸੀਂ ਅੱਜ ਤੁਹਾਨੂੰ ਥੋੜ੍ਹਾ ਜਿਹਾ ਦੱਸਾਂਗੇ। ਜਿਹੜੀ ਸਮਝਣ ਦੀ ਗੱਲ ਸਭ ਤੋਂ ਪਹਿਲਾਂ ਇਹ ਹੈ, 1776 1776 ਤੋਂ ਪਹਿਲਾਂ ਅਮੈਰੀਕਾ ਅੰਗਰੇਜ਼ਾਂ ਦਾ ਗੁਲਾਮ ਸੀਗਾ, ਬ੍ਰਿਟਿਸ਼ਰਸ ਦਾ। 1773 ਵਿੱਚ ਇੱਕ ਵਾਰ ਆਫ ਇੰਡੀਪੈਂਡੈਂਸ ਅਮੈਰੀਕਨਸ ਨੇ ਲੜੀ, ਜਿਸਦੇ 'ਚ ਉਹਨਾਂ ਨੂੰ ਜਿੱਤ ਹਾਸਿਲ ਹੋਈ ਔਰ 1776 ਵਿੱਚ ਇਹਨਾਂ ਦੀ ਆਜ਼ਾਦੀ ਜਿਹੜੀ ਹੈ ਉਹ ਡਿਕਲੇਅਰ ਕੀਤੀ ਗਈ। ਇਹ ਜਿਹੜੀ ਆਜ਼ਾਦੀ ਹੈ ਇਸਨੂੰ ਅਮੈਰੀਕਨ ਰੈਵੋਲਿਊਸ਼ਨ ਕਿਹਾ ਜਾਂਦਾ ਹੈ, ਕਿਉਂਕਿ ਇਹ ਬੜੀ ਰੈਵੋਲਿਊਸ਼ਨਰੀ ਸੀ। ਅੱਜ ਦੀ ਡੇਟ ਵਿੱਚ ਕਈ ਐਸੀ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਫੋਰ ਗ੍ਰਾਂਟਿਡ ਲੈਂਦੇ ਹਾਂ, ਜਿਹੜੀ ਅਸੀਂ ਸੋਚਦੇ ਹਾਂ ਕਿ ਨੈਚੁਰਲੀ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਹਨ। ਬਟ ਇਹ ਸਮਝਣ ਦੀ ਗੱਲ ਹੈ ਕਿ ਹਰ ਵੇਲੇ ਇਤਿਹਾਸ ਵਿੱਚ, ਸਮੇਂ ਵਿੱਚ ਉਹ ਚੀਜ਼ਾਂ ਉੱਦਾਂ ਮੌਜੂਦ ਨਹੀਂ ਸਨ। ਡੈਮੋਕ੍ਰੇਸੀ ਉਸਦਾ ਇੱਕ ਪ੍ਰਾਈਮ ਐਗਜ਼ਾਮਪਲ ਹੈਗਾ। ਇੱਕ ਸਮਾਂ ਸੀ ਜਦ ਹੁਕਮਰਾਨ ਹੁੰਦੇ ਸਨ, ਰਾਜਾ ਹੁੰਦਾ ਸੀ। ਜਿਹੜਾ ਰਾਜਾ ਸੀ ਉਹ ਕਾਨੂੰਨ ਤੋਂ ਉੱਤੇ ਸੀ। ਰਾਜਾ ਕੋਈ ਵੀ ਕਾਨੂੰਨ ਬਣਾ ਦਿੰਦਾ ਸੀ ਔਰ ਉਸ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਸੀ। ਅਮੈਰੀਕਨ ਰੈਵੋਲਿਊਸ਼ਨ ਦੀ ਜਿਹੜੀ ਸਭ ਤੋਂ ਵੱਡੀ ਦੇਣ ਸੀ ਉਹ ਸੀ ਇਹ ਥਿਊਰੀ ਕਿ ਆਲ ਮੈਨ ਆਰ ਕ੍ਰੀਏਟਿਡ ਇਕੁਅਲ। ਹੁਣ ਕਈ ਲੋਕ ਇਸਦੇ ਵਿੱਚ ਇਹ ਕਟਾਕਸ਼ ਕਰਦੇ ਹਨ ਕਿ ਜਿਹੜੇ ਕਾਲੇ ਸੀਗੇ ਉਹਨਾਂ ਨੂੰ ਇਕੁਅਲ ਟ੍ਰੀਟ ਨਹੀਂ ਕੀਤਾ ਗਿਆ, ਜਿਹੜੀ ਵਿਮੈਨ ਸੀ ਉਹਨਾਂ ਨੂੰ 1920s ਤੱਕ ਵੋਟ ਦਾ ਹੱਕ ਨਹੀਂ ਦਿੱਤਾ ਗਿਆ, ਅਤੇ ਆਲ ਮੈਨ ਆਰ ਕ੍ਰੀਏਟਿਡ ਇਕੁਅਲ, ਇਸਦਾ ਕੀ ਮਤਲਬ ਹੈ? ਇਸ ਆਜ਼ਾਦੀ ਤੋਂ ਪਹਿਲਾਂ ਜਿਹੜਾ ਬ੍ਰਿਟਿਸ਼ਰ ਹੁਕਮਰਾਨ ਸੀ ਉਸਨੂੰ ਬਾਕੀ ਆਮ ਲੋਕਾਂ ਤੋਂ ਉੱਤੇ ਗਿਣਿਆ ਜਾਂਦਾ ਸੀ। ਨਾ ਸਿਰਫ ਬ੍ਰਿਟਿਸ਼ਰਸ, ਸਾਰੇ ਜਿਹੜੇ ਹੁਕਮਰਾਨ ਸਨ ਦੁਨੀਆ ਵਿੱਚ, ਜਿਸ ਤਰ੍ਹਾਂ ਅਸੀਂ ਪਹਿਲੇ ਬੋਲਿਆ, ਉਹਨਾਂ ਨੂੰ ਇੱਕ ਆਮ ਇਨਸਾਨ ਤੋਂ ਅੱਡ ਮੰਨਿਆ ਜਾਂਦਾ ਸੀ, ਇੱਕ ਆਮ ਇਨਸਾਨ ਤੋਂ ਉੱਪਰ ਮੰਨਿਆ ਜਾਂਦਾ ਸੀ। ਇਹ ਇਸ ਰੈਵੋਲਿਊਸ਼ਨ ਦਾ ਇੱਕ ਹਿੱਸਾ ਸੀਗਾ। ਉਹਨਾਂ ਨੇ ਕਿਹਾ ਨਹੀਂ ਜੀ, ਕੋਈ ਫਰਕ ਨਹੀਂ ਹੈਗਾ, ਭਾਵੇਂ ਉਹ ਰਾਜਾ ਹੈ ਅਤੇ ਭਾਵੇਂ ਦੂਸਰਾ ਆਦਮੀ ਹੈ, ਸਾਰੇ ਬੰਦੇ ਜਿਹੜੇ ਹੈਗੇ ਬਣਾਉਣ ਵਾਲੇ ਨੇ, ਬਰਾਬਰ ਬਣਾਏ, ਉਹ ਸਾਰਿਆਂ ਉੱਪਰ ਇਕੁਅਲ ਜਿਹੜਾ ਕਾਨੂੰਨ ਹੈ ਉਹ ਲਾਗੂ ਹੋਣਾ ਚਾਹੀਦਾ। ਇਸ ਦੇ ਵਿੱਚ ਜਿਹੜੀ ਇੱਕ ਬੜੀ ਇੰਪੋਰਟੈਂਟ ਗੱਲ ਹੈ ਉਹ ਇਹ ਸਾਹਮਣੇ ਆਉਂਦੀ ਹੈ ਕਿ ਜਿਹੜੇ ਫਾਊਂਡਰ ਸੀਗੇ ਉਹਨਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਕੁਛ ਹੱਕ ਹਨ, ਜਿਹੜੇ ਉਹ ਹੱਕ ਹਨ ਉਹ ਉਸਦਾ ਕ੍ਰੀਏਟਰ ਦਿੰਦਾ, ਜਿਹੜੀ ਹਕੂਮਤ ਹੈ ਉਸ ਤੋਂ ਉਹ ਹੱਕ ਨਹੀਂ ਆਉਂਦੇ। ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਇੱਕ ਜਿਹੜੀ ਹਕੂਮਤ ਹੈ, ਅਗਰ ਤੁਸੀਂ ਇਹ ਮੰਨੋ ਕਿ ਜਿਹੜਾ ਕੋਨਸਟੀਟਿਊਸ਼ਨ ਹੈ ਉਹ ਤੁਹਾਨੂੰ ਰਾਈਟਸ ਦਿੰਦਾ, ਉਹ ਤੁਹਾਨੂੰ ਤੁਹਾਡੇ ਜਿਹੜੇ ਪ੍ਰਿਵਲੇਜਸ ਹੈ ਉਹ ਦਿੰਦਾ, ਅਤੇ ਉਹ ਜਿਹੜੇ ਕੋਨਸਟੀਟਿਊਸ਼ਨ ਬਣਾਉਣ ਵਾਲੇ ਨੇ ਉਹ ਵੀ ਤੁਹਾਡੇ ਵਿੱਚੋਂ ਹੀ ਕੁਝ ਬੰਦੇ ਨੇ, ਉਹ ਪੋਲੀਟੀਸ਼ੀਅਨ ਹਨ, ਰਾਈਟ? ਅਤੇ ਉਹ ਕਿਸੇ ਵੀ ਸਮੇਂ ਦੇ ਅਨੁਸਾਰ ਆਪਣੀ ਜ਼ਰੂਰਤ ਦੇ ਅਨੁਸਾਰ ਉਹ ਰਾਈਟਸ ਜਿਹੜੇ ਤੁਹਾਡੇ ਉਹ ਬਦਲ ਸਕਦੇ ਨੇ। ਮਗਰ ਜਿਹੜੀ ਇਹ ਅਮੈਰੀਕਨ ਰੈਵੋਲਿਊਸ਼ਨ ਸੀ ਇਸਦੇ ਉੱਪਰ ਇਹ ਗੱਲ ਕਹੀ ਗਈ ਕਿ ਨਹੀਂ, ਜਿਹੜੇ ਕੁਛ ਰਾਈਟਸ ਹਨ ਉਹ ਇਨਐਲੀਅਨੇਬਲ ਹਨ, ਉਹ ਇਨਸਾਨ ਤੋਂ ਦੂਰ ਨਹੀਂ ਕੀਤੇ ਜਾ ਸਕਦੇ, ਉਹ ਉਸਦੇ ਬਰਥ ਰਾਈਟਸ ਹਨ ਜਸਟ ਬਾਏ ਦਾ ਵਰਚੂ ਆਫ ਬੀਂਗ ਅ ਹਿਊਮਨ। ਔਰ ਉਨ ਰਾਈਟਸ 'ਚ ਉਹਨਾਂ ਨੇ ਕਿਹਾ ਲਾਈਫ, ਲਿਬਰਟੀ ਅਤੇ ਪਰਸੂਏਟ ਆਫ ਹੈਪੀਨੈਸ, ਜੀਣ ਦਾ ਅਧਿਕਾਰ, ਤੁਹਾਡੀ ਜਿਹੜੀ ਫਰੀਡਮ ਹੈ ਲਿਬਰਟੀ, ਔਰ ਖੁਸ਼ ਰਹਿਣ ਦਾ ਅਧਿਕਾਰ, ਇਹ ਹਰ ਇਨਸਾਨ ਦਾ ਇੱਕ ਬੇਸਿਕ ਅਧਿਕਾਰ ਹੈ, ਇਸਨੂੰ ਕੋਈ ਵੀ ਹੁਕਮਰਾਨ, ਕੋਈ ਵੀ ਹਕੂਮਤ ਤੁਹਾਡੇ ਤੋਂ ਲੈ ਨਹੀਂ ਸਕਦੀ। ਇਹ ਗੱਲ ਬਹੁਤ ਜ਼ਰੂਰੀ ਹੈ ਸਮਝਣਾ, ਕਿਉਂਕਿ ਅਮਰੀਕਾ ਦੀ ਸਾਰੀ ਪੋਲੀਟਿਕਸ ਇਸ ਜਿਹੜੇ ਬੇਸਿਕ ਪ੍ਰਿੰਸੀਪਲ ਹੈ ਇਸਦੇ ਉੱਪਰ ਟਿੱਕੀ ਹੋਈ ਹੈ।
ਅੱਜ ਜਿਹੜਾ ਤੁਸੀਂ ਵਿਵਾਦ ਦੇਖਦੇ ਪਏ ਹੋ, ਅੱਜ ਦੀ ਜਿਹੜੀ ਇਲੈਕਸ਼ਨ ਚੱਲਦੀ ਪਈ ਹੈ ਔਰ ਇਸ ਦੇ ਵਿੱਚ ਜਿਹੜੀ ਥੌਟ ਹੈ, ਜਿਹੜੀ ਸੋਸ਼ਲਿਜ਼ਮ ਅਸੀਂ ਕਹਿੰਦੇ ਪਏ ਹਾਂ ਕਿ ਬਈ ਇਹ ਇਹ ਅਮੈਰੀਕਨ ਐਥੋਸ ਨਹੀਂ ਹੈ, ਅਮੈਰੀਕਨ ਪ੍ਰਿੰਸੀਪਲ ਨਹੀਂ ਹੈ, ਉਹ ਵੀ ਇਸੀ ਪ੍ਰਿੰਸੀਪਲ ਦੇ ਉੱਪਰ ਬੇਸਡ ਹੈ ਕਿ ਜਿਹੜਾ ਗਵਰਨਮੈਂਟ ਹੈ ਉਸਦਾ ਕੀ ਰੋਲ ਹੋਣਾ ਚਾਹੀਦਾ ਇੱਕ ਇਨਸਾਨ ਦੀ ਲਾਈਫ ਵਿੱਚ। ਜਿਹੜੇ ਫਾਊਂਡਰ ਸੀਗੇ ਉਹਨਾਂ ਨੇ ਕਿਹਾ ਕਿ ਜਿਹੜਾ ਗਵਰਨਮੈਂਟ ਹੈ ਉਹ ਤੁਹਾਨੂੰ ਇਹ ਹੱਕ ਨਹੀਂ ਦਿੰਦੀ, ਇਹ ਹੱਕ ਤੁਹਾਨੂੰ ਕ੍ਰੀਏਟਰ ਤੋਂ ਆਉਂਦੇ ਨੇ। ਗਵਰਨਮੈਂਟ ਦਾ ਕੰਮ ਹੈ ਇਨ ਹੱਕਾਂ ਨੂੰ ਪ੍ਰਿਜ਼ਰਵ ਕਰਨਾ, ਗਵਰਨਮੈਂਟ ਦਾ ਹੱਕ ਹੈ ਕੰਮ ਹੈ ਕਿ ਕਿਸੇ ਦੇ ਹੱਕ ਜਿਹੜੇ ਨੇ ਇਹ ਵਾਇਲੇਟ ਨਾ ਹੋਣ, ਮਗਰ ਉਹ ਜਿਹੜੇ ਹੱਕ ਹਨ ਉਹ ਗਵਰਨਮੈਂਟ ਨਹੀਂ ਦਿੰਦੀ। ਇਹ ਜਿਹੜੀ ਪੋਲੀਟੀਕਲ ਥਿਅਰੀ ਹੈ ਇਸਦਾ ਇਸਦਾ ਡਾਇਰੈਕਟ ਰਿਜ਼ਲਟ ਆਉਂਦਾ ਸਮਾਲ ਗਵਰਨਮੈਂਟ। ਇਸਦਾ ਡਾਇਰੈਕਟ ਰਿਜ਼ਲਟ ਜਿਹੜਾ ਉਹ ਜਿਹੜਾ ਇਸ ਮੁਲਕ ਦਾ ਫੈਡਰਲ ਸਟਰਕਚਰ ਹੈ, ਇਸਦਾ ਜਿਹੜਾ ਡਾਇਰੈਕਟ ਰਿਜ਼ਲਟ ਹੈ ਉਹ ਹੈ ਇਸ ਮੁਲਕ ਦੀ ਟੈਕਸੇਸ਼ਨ ਪੋਲਿਸੀ। ਇਹ ਕਿਵੇਂ ਤੁਹਾਨੂੰ ਅਸੀਂ ਅੱਗੇ ਸਮਝਾਉਂਦੇ ਹਾਂ, ਬਟ ਮੈਂ ਤੁਹਾਨੂੰ ਕੁਛ ਜਿਹੜੇ ਬੇਸਿਕ ਪ੍ਰਿੰਸੀਪਲ ਅਮੈਰੀਕਨ ਰੈਵੋਲਿਊਸ਼ਨ ਦੇ ਉਹ ਦੱਸ ਰਿਹਾ। ਦੂਸਰਾ ਜਿਹੜਾ ਇੱਕ ਬੜਾ ਮੇਜਰ ਡਿਵਲਪਮੈਂਟ ਆਉਂਦੀ ਹੈ ਉਹ ਹੈਗੀ ਹੈ ਰਿਪ੍ਰਜੈਂਟੇਟਿਵ ਗਵਰਨਮੈਂਟ ਦੀ। ਦੇਖੋ, ਹਮੇਸ਼ਾ ਇੱਕ ਹੁਕਮਰਾਨ ਹੋਇਆ, ਇੱਕ ਰਾਜਾ ਹੋਇਆ, ਸ਼ੁਰੂ ਤੋਂ ਸਮੇਂ ਤੋਂ, ਬੜੇ ਪੁਰਾਣੇ ਸਮੇਂ ਤੋਂ ਰਾਜੇ ਨੂੰ ਰੱਬ ਦਾ ਭੇਜਿਆ ਦੂਤ ਮੰਨਿਆ ਗਿਆ, ਉਸਨੂੰ ਬਾਕੀਆਂ ਤੋਂ ਸੁਪੀਰੀਅਰ ਮੰਨਿਆ ਗਿਆ, ਉਸਨੂੰ ਉਸ ਸਾਰੇ ਪਰਿਵਾਰ ਨੂੰ ਬਾਕੀਆਂ ਤੋਂ ਉੱਤੇ ਮੰਨਿਆ ਗਿਆ। ਅਮੈਰੀਕਨ ਰੈਵੋਲਿਊਸ਼ਨ ਵਿੱਚ ਇਹ ਗੱਲ ਸਾਹਮਣੇ ਲਿਆਈ ਗਈ, ਇਹ ਆਰਗਿਊ ਕੀਤਾ ਗਿਆ ਕਿ ਬਈ ਸਾਨੂੰ ਸਾਡੇ ਉੱਪਰ ਕਿਸੇ ਸੁਪੀਰੀਅਰ ਦੀ ਲੋੜ ਨਹੀਂ ਹੈ, ਅਸੀਂ ਆਪ ਹੀ ਆਪਣੀ ਲਾਈਫ ਨੂੰ ਮੈਨੇਜ ਕਰ ਸਕਦੇ ਹਾਂ, ਸਾਡੇ ਵਿੱਚੋਂ ਹੀ ਸਾਡੇ ਜਿਹੜੇ ਰਿਪ੍ਰਜੈਂਟੇਟਿਵਸ ਹਨ ਇਹ ਸਾਨੂੰ ਸਾਡੇ 'ਤੇ ਹਕੂਮਤ ਕਰ ਸਕਦੇ ਨੇ, ਇਹ ਸਾਨੂੰ ਗਵਰਨ ਕਰ ਸਕਦੇ ਨੇ, ਔਰ ਉਹ ਜਿਹੜੇ ਹੁਕਮਰਾਨ ਹਨ ਉਹ ਅਸੀਂ ਆਪ ਚੁਣਾਂਗੇ, ਕੋਈ ਰੱਬ ਦੇ ਭੇਜੇ ਦੇ ਬੰਦੇ ਨਹੀਂ ਹਨ। ਇਸ ਨੂੰ ਡੈਮੋਕ੍ਰੇਸੀ ਕਹਿੰਦੇ ਨੇ। ਇਹ ਇਹ ਉਹ ਪ੍ਰਿੰਸੀਪਲ ਹੈ, ਇਹ ਉਹ ਅੰਡਰਸਟੈਂਡਿੰਗ ਹੈ ਜਿਸ ਦੇ ਉੱਪਰ ਅੱਜ ਸਾਰੀ ਦੁਨੀਆ ਵਿੱਚ ਅਸੀਂ ਦੇਖ ਰਹੇ ਹਾਂ ਕਿ ਡੈਮੋਕ੍ਰੇਟਿਕ ਮੋਸਟ ਆਫ ਦਾ ਦੁਨੀਆ ਵਿੱਚ ਡੈਮੋਕ੍ਰੇਟਿਕ ਸੈਟਅਪਸ ਹਨ। ਇਹ ਹਮੇਸ਼ਾ ਇੱਦਾਂ ਨਹੀਂ ਸੀਗਾ, ਇਹ ਇੱਕ ਬੜਾ ਰੈਵੋਲਿਊਸ਼ਨਰੀ ਕੰਮ ਸੀ ਜਿਸ ਤਾਂ ਹੀ ਅਮੈਰੀਕਾ ਨੂੰ ਫਸਟ ਡੈਮੋਕ੍ਰੇਸੀ ਕਿਹਾ ਜਾਂਦਾ ਹੈ। ਤੀਸਰੀ ਜਿਹੜੀ ਇੱਕ ਬਹੁਤ ਵੱਡੀ ਗੱਲ ਸੀਗੀ ਉਹ ਸੀ ਸੈਪਰੇਸ਼ਨ ਆਫ ਚਰਚ ਐਂਡ ਸਟੇਟ। ਤੁਸੀਂ ਵਰਡ ਯੂਜ਼ ਕਰਦੇ ਹੋ ਸੈਕੂਲਰ, ਤੁਸੀਂ ਕਹਿੰਦੇ ਜੀ ਇਹ ਸੈਕੂਲਰ ਮੁਲਕ ਹੈਗੇ। ਦੇਖੋ, ਸੈਕੂਲਰ ਗਵਰਨਮੈਂਟ ਦਾ ਮਤਲਬ ਹੁੰਦਾ ਹੈ ਉਹ ਗਵਰਨਮੈਂਟ ਜਿਸਦਾ ਆਪਣਾ ਕੋਈ ਰਿਲੀਜਨ ਨਾ ਹੋਏ ਔਰ ਜੋ ਇੱਕ ਪਰਟੀਕੁਲਰ ਰਿਲੀਜਨ ਨੂੰ ਫੇਵਰ ਨਾ ਕਰੇ। ਦੁਨੀਆ ਵਿੱਚ ਬੜੇ ਮੁਲਕ ਹੈਗੇ ਜਿੱਥੇ ਇਨਸਾਫ ਹੈਗਾ, ਇੰਗਲੈਂਡ ਹੈ, ਜਰਮਨੀ ਹੈ, ਫਰਾਂਸ ਹੈ, ਮਗਰ ਇਹ ਸੈਕੂਲਰ ਮੁਲਕ ਨਹੀਂ ਹਨ, ਸੈਕੂਲਰ ਸਰਕਾਰਾਂ ਨਹੀਂ ਹਨ, ਇਹ ਕ੍ਰਿਸਚਨ ਮੁਲਕ ਹਨ। ਕੁਛ ਜਿਹੜੇ ਅਰਬ ਮੁਲਕ ਹਨ, ਪਾਕਿਸਤਾਨ ਜੈਸੇ ਮੁਲਕ ਹਨ, ਉਹ ਮੁਸਲਿਮ ਨੇਸ਼ਨਸ ਹਨ, ਰਾਈਟ। ਕੁਛ ਸਰਕਾਰਾਂ ਹੋਰ ਜਿਹੜੇ ਸੈਕੂਲਰ ਮੁਲਕ ਹਨ, ਜਿਵੇਂ ਇੱਕ ਇੱਕ ਆਰਗੂਮੈਂਟ ਹੈ ਇੰਡੀਆ 'ਚ ਕਿ ਉਹ ਇਸਨੂੰ ਹਿੰਦੂ ਮੁਲਕ ਬਣਾਉਣਾ ਚਾਹੁੰਦੇ ਨੇ। ਅਮੈਰੀਕਾ 1776 ਵਿੱਚ ਇੱਕ ਪਹਿਲਾ ਐਸਾ ਮੁਲਕ ਸੀ ਜਿਸਨੇ ਕਿਹਾ ਕਿ ਜਿਹੜੀ ਸਰਕਾਰ ਹੈ ਉਸਦਾ ਆਪਣਾ ਕੋਈ ਧਰਮ ਨਹੀਂ ਹੋਣਾ ਚਾਹੀਦਾ ਔਰ ਸਰਕਾਰ ਕਿਸੇ ਇੱਕ ਧਰਮ ਨੂੰ ਫੇਵਰ ਨਾ ਕਰੇ। ਸੋ ਮੱਚ ਸੋ ਕਿ ਸਰਕਾਰ ਕੋਈ ਇੱਦਾਂ ਦੇ ਕੰਮ ਵੀ ਨਾ ਕਰੇ ਜਿਸ ਦੇ ਵਿੱਚ ਲੱਗੇ ਕਿ ਉਹ ਇੱਕ ਧਰਮ ਨੂੰ ਫੇਵਰ ਕਰਦੇ ਪੈਣ। ਇਸ ਕਰਕੇ ਤੁਸੀਂ ਵੇਖਿਆ ਕਿ ਜਿੱਥੇ ਇੱਦਾਂ ਦੇ ਇੱਧਰ ਦੇ ਪਬਲਿਕ ਸਕੂਲਸ ਹਨ ਉਸਦੇ ਵਿੱਚ ਰਿਲੀਜਨ ਦਾ ਕੋਈ ਰੋਲ ਤੁਹਾਨੂੰ ਨਜ਼ਰ ਨਹੀਂ ਆਉਂਦਾ। ਇੱਕ ਟਾਈਮ ਸੀਗਾ ਉੱਥੇ ਪ੍ਰੇਅਰਸ ਹੁੰਦੀਆਂ ਸਨ, 10 ਕਮੈਂਡਮੈਂਟਸ ਲਗਾਏ ਜਾਂਦੀਆਂ ਸਨ, ਉਹਨਾਂ ਉੱਪਰ ਲਿਟੀਗੇਸ਼ਨ ਹੋਈ, ਕੋਰਟ ਕੇਸਿਸ ਹੋਏ ਔਰ ਹੌਲੀ ਹੌਲੀ ਉਹ ਸਾਰੀ ਚੀਜ਼ਾਂ ਜਿਹੜੀਆਂ ਉਹ ਪਬਲਿਕ ਸਕੂਲਸ ਨੂੰ ਹਟਾ ਦਿੱਤੀ ਗਈਆਂ। ਜਿਹੜੀ ਸਰਕਾਰ ਹੈ ਉਸ ਵਾਸਤੇ ਕਿਹਾ ਜਾਂਦਾ ਕਿ ਉਹ ਧਰਮ ਦੇ ਕੰਮ ਦੇ ਨਾਲ ਇੰਟੈਂਗਲ ਨਾ ਕਰੇ ਤਾਂ ਕਿ ਸਾਰੇ ਜਿਹੜੇ ਲੋਕ ਹੈਗੇ, ਜਿਹੜੇ ਬਾਸ਼ਿੰਦੇ ਹੈਗੇ ਮੁਲਕ ਦੇ, ਉਹਨਾਂ ਨੂੰ ਆਪਣਾ ਆਪਣਾ ਧਰਮ ਜਿਹੜਾ ਹੈ ਉਹ ਫਰੀਲੀ ਉਸਨੂੰ ਪ੍ਰੈਕਟਿਸ ਕਰਨ ਦਾ ਹੱਕ ਹੋਵੇ। ਸਰਕਾਰ ਕਿਸੇ ਨੂੰ ਨਾ ਰੋਕ ਸਕਦੀ ਹੈ ਧਰਮ ਨੂੰ ਪ੍ਰੈਕਟਿਸ ਕਰਨ ਵਿੱਚ ਔਰ ਨਾ ਕਿਸੇ ਇੱਕ ਪਰਟੀਕੁਲਰ ਧਰਮ ਨੂੰ ਇਨਕਰੇਜ ਕਰ ਸਕਦੀ ਹੈ। ਇੱਕ ਜਿਹੜਾ ਹੋਰ ਬੜਾ ਇੰਪੋਰਟੈਂਟ ਪ੍ਰਿੰਸੀਪਲ ਉਸ ਵੇਲੇ ਸਾਹਮਣੇ ਆਇਆ ਉਹ ਹੈ ਸੈਪਰੇਸ਼ਨ ਆਫ ਪਾਵਰਸ ਦਾ। ਜਿਵੇਂ ਮੈਂ ਸ਼ੁਰੂ ਵਿੱਚ ਕਿਹਾ ਕਿ ਅਸੀਂ ਹਰ ਚੀਜ਼ ਨੂੰ ਫੋਰ ਗ੍ਰਾਂਟਿਡ ਲੈ ਲੈਂਦੇ ਹਾਂ, ਬਟ ਇੱਕ ਸਮਾਂ ਸੀ, ਤੁਸੀਂ ਆਪ ਸੋਚ ਸਕਦੇ ਹੋ, ਜਦ ਰਾਜਾ ਜਿਹੜਾ ਸੀਗਾ ਉਹ ਲੋਜ਼ ਵੀ ਬਣਾਉਂਦਾ ਸੀਗਾ, ਉਹ ਸਜ਼ਾ ਵੀ ਦਿੰਦਾ ਸੀਗਾ
ਅਤੇ ਉਨ ਲੋਜ਼ ਦੇ ਉੱਪਰ ਜਿਹੜਾ ਪਾਲਣਾ ਹੁੰਦਾ ਸੀ ਉਸਦਾ ਜਿਹੜੀ ਐਗਜ਼ੀਕਿਊਸ਼ਨ ਸੀ ਉਹ ਵੀ ਕਰਦਾ ਸੀਗਾ। ਇਹ ਸੈਪਰੇਸ਼ਨ ਨਹੀਂ ਸੀ। ਇਹ ਵੀ ਇੱਕ ਬੜੀ ਵੱਡੀ ਡਿਵਲਪਮੈਂਟ ਸੀ ਇਸ ਅਮੈਰੀਕਨ ਰੈਵੋਲੂਸ਼ਨ ਦੀ ਕਿ ਜਿਹੜੀ ਸੈਪਰੇਸ਼ਨ ਆਫ ਪਾਵਰਸ ਹੈ, ਰਾਈਟ, ਇੱਕ ਲੈਜਿਸਲੇਚਰ, ਇੱਕ ਐਗਜ਼ੀਕਿਊਟਿਵ ਔਰ ਇੱਕ ਜੁਡੀਸ਼ਰੀ। ਹੁਣ ਇੰਡੀਆ ਵਿੱਚ ਜਿਵੇਂ ਤੁਸੀਂ ਦੇਖਦੇ ਹੋ, ਜਿਵੇਂ ਪ੍ਰਾਈਮ ਮਿਨਿਸਟਰ ਹੁੰਦਾ, ਜਿਵੇਂ ਕੋਈ ਮਿਨਿਸਟਰਸ ਹੁੰਦੇ ਨੇ, ਕੈਬਨਿਟ ਮਿਨਿਸਟਰਸ ਹੁੰਦੇ ਨੇ, ਉਹ ਐਗਜ਼ੀਕਿਊਟਿਵ ਹੈ। ਬਟ ਉਹ ਜਿਹੜਾ ਐਗਜ਼ੀਕਿਊਟਿਵ ਹੈ ਉਹ ਮੈਂਬਰ ਪਾਰਲੀਮੈਂਟ ਵੀ ਹੁੰਦਾ, ਐਮ ਐਲ ਏ ਵੀ ਹੁੰਦਾ, ਐਮ ਪੀ ਵੀ ਹੁੰਦਾ, ਅਤੇ ਉਹ ਲੈਜਿਸਲੇਚਰ ਹੈ। ਇਸਦਾ ਮਤਲਬ ਉਹ ਦੋਨੋਂ ਚੀਜ਼ਾਂ ਦਾ ਮਿਕਸ ਹੈਗਾ, ਲੈਜਿਸਲੇਚਰ ਦਾ ਔਰ ਐਗਜ਼ੀਕਿਊਟਿਵ ਦਾ। ਇੱਥੇ ਕੰਪਲੀਟ ਸੈਪਰੇਸ਼ਨ ਹੈ। ਇੱਥੇ ਜੋ ਐਗਜ਼ੀਕਿਊਟਿਵ ਵਿੰਗ ਹੈ ਉਸਨੂੰ ਫੈਡਰਲ ਗਵਰਨਮੈਂਟ ਵਾਸਤੇ ਪ੍ਰੈਜ਼ੀਡੈਂਟ ਹੈੱਡ ਕਰਦਾ, ਔਰ ਅਗਰ ਉਹ ਕਿਸੇ ਨੂੰ ਆਪਣੀ ਮਿਨਿਸਟਰੀ 'ਚ ਲੈਂਦਾ, ਅਗਰ ਉਹ ਬੰਦਾ ਸੈਨੇਟ ਦਾ ਮੈਂਬਰ ਹੈ, ਕਾਂਗਰਸ ਦਾ ਮੈਂਬਰ ਹੈ, ਤਾਂ ਉਹ ਬੰਦਾ ਉੱਧਰੋਂ ਰਿਜ਼ਾਈਨ ਕਰਦਾ ਔਰ ਉਹ ਐਗਜ਼ੀਕਿਊਟਿਵ ਦਾ ਮੈਂਬਰ ਬਣਦਾ। ਉੱਦਾਂ ਹੀ ਜਿਹੜਾ ਲੈਜਿਸਲੇਟਿਵ ਹੈ, ਲੈਜਿਸ ਬੋਡੀ ਕਾਂਗਰਸ ਦਾ ਹੋਏ ਜਾਂ ਸੈਨੇਟ ਦਾ ਹੋਏ, ਉਹ ਇੱਕ ਲੈਜਿਸਲੇਚਰ ਹੈ, ਔਰ ਥਰਡ ਇੱਕ ਕੰਪਲੀਟ ਵਿੰਗ ਹੈ ਜਿਸ ਨੂੰ ਜੁਡੀਸ਼ਰੀ ਕਹਿੰਦੇ ਨੇ। ਅਸੀਂ ਇਸ ਬਾਰੇ ਹੋਰ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਅੱਜ ਦਾ ਮੁੱਦਾ ਪ੍ਰੋਗਰਾਮ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅਸੀਂ ਗੱਲ ਕਰ ਰਹੇ ਸਾਂ ਸੈਪਰੇਸ਼ਨ ਆਫ ਪਾਵਰਸ ਦੀ, ਅਤੇ ਇਹ ਜਿਹੜੇ ਤਿੰਨ ਕੰਪਲੀਟ ਵਿੰਗਸ ਹੈਗੇ, ਇੰਪੋਰਟੈਂਟ ਚੀਜ਼ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਆਰਟੀਕਲ ਆਉਂਦਾ ਹੈ ਕੌਨਸਟੀਟਿਊਸ਼ਨ ਦਾ, ਉਹ ਇੱਕ ਕ੍ਰੀਏਟ ਕਰਦਾ ਹੈ ਕਾਂਗਰਸ। ਕਾਂਗਰਸ ਦਾ ਮਤਲਬ ਹੈ ਲੋਕਾਂ ਦੇ ਰਿਪ੍ਰੈਜੈਂਟੇਟਿਵਸ, ਲੋਕਾਂ ਵਿੱਚ ਪਾਵਰ। ਜਿਹੜਾ ਸਭ ਤੋਂ ਇੰਪੋਰਟੈਂਟ ਵੱਡਾ ਐਗਜ਼ੀਕਿਊਟਿਵ ਹੈ ਉਹ ਆਰਟੀਕਲ 2 ਵਿੱਚ ਆਉਂਦਾ ਹੈ, ਜਿਸਦਾ ਇਹ ਮਤਲਬ ਹੈ ਕਿ ਡੈਮੋਕ੍ਰੇਸੀ ਵਿੱਚ, ਇਸ ਮੁਲਕ ਵਿੱਚ ਜਿਹੜੀ ਸਭ ਤੋਂ ਵੱਡੀ ਪਾਵਰ ਹੈ ਉਹ ਲੋਕਾਂ ਦੇ ਵਿੱਚ ਹੈ। ਅਤੇ ਅਸੀਂ ਤੁਹਾਨੂੰ ਦੱਸਿਆ, ਪਹਿਲੇ ਇੱਕ ਲੈਜਿਸਲੇਚਰ ਆਉਂਦਾ ਜੋ ਕਾਨੂੰਨ ਬਣਾਉਂਦੇ ਨੇ, ਆਰਟੀਕਲ 2 ਦੇ ਅੰਦਰ ਤੁਹਾਡਾ ਪ੍ਰੈਜ਼ੀਡੈਂਟ ਆਉਂਦੇ ਨੇ, ਫਿਰ ਆਰਟੀਕਲ 3 ਜਿਹੜੀ ਜੁਡੀਸ਼ਰੀ ਆਉਂਦੀ ਹੈ। ਜਿਹੜੀ ਜੁਡੀਸ਼ਰੀ ਹੈ ਉਸਦਾ ਕੰਮ ਹੈ ਕਿ ਜਿਹੜੇ ਕਾਨੂੰਨ ਬਣੇ ਉਹਨਾਂ ਦੇ ਉੱਪਰ ਇੰਪਲੀਮੈਂਟੇਸ਼ਨ ਹੋਏ, ਦੇਖਿਆ ਜਾਏ ਕਿ ਕੋਈ ਕਾਨੂੰਨ ਜਿਹੜਾ ਕੌਨਸਟੀਟਿਊਸ਼ਨ ਹੈ ਉਸਦੀ ਵਾਇਲੇਸ਼ਨ ਵਿੱਚ ਤਾਂ ਨਹੀਂ ਹੈ। ਉਸਦੇ ਇਲਾਵਾ ਸੈਪਰੇਸ਼ਨ ਆਫ ਪਾਵਰ ਵਿੱਚ ਇੱਕ ਬੜਾ ਇੰਪੋਰਟੈਂਟ ਚੈੱਕਸ ਐਂਡ ਬੈਲੈਂਸਿਸ ਦਾ ਸਿਸਟਮ ਜਿਹੜਾ ਇਸ ਮੁਲਕ ਵਿੱਚ ਕ੍ਰੀਏਟ ਕੀਤਾ ਹੋਇਆ। ਤੁਸੀਂ ਵੇਖਿਆ ਕਿ ਕੋਈ ਵੀ ਜਿਹੜਾ ਕਾਨੂੰਨ ਹੈ ਜਦੋਂ ਕਾਂਗਰਸ ਬਣਾਉਂਦੀ ਹੈ ਤਾਂ ਪ੍ਰੈਜ਼ੀਡੈਂਟ ਕੋਲ ਪਾਵਰ ਹੈ ਉਸਨੂੰ ਵੀਟੋ ਕਰਨ ਦੀ। ਅਗਰ ਪ੍ਰੈਜ਼ੀਡੈਂਟ ਕੋਈ ਕਾਨੂੰਨ ਵੀਟੋ ਕਰਦਾ ਹੈ ਤਾਂ ਲੈਜਿਸਲੇਚਰ ਕੋਲ ਪਾਵਰ ਹੈ ਉਹ ਕਿ ਦੁਬਾਰਾ ਉਸਨੂੰ ਮੈਜੋਰਟੀ ਨਾਲ ਉਹ ਉਸ ਕਾਨੂੰਨ ਨੂੰ ਲਾਗੂ ਕਰਵਾ ਸਕਦੇ ਨੇ। ਜਾਂ ਅਗਰ ਕੋਈ ਕਾਨੂੰਨ ਪ੍ਰੈਜ਼ੀਡੈਂਟ ਦੇ ਰਾਹੀਂ ਜਾਂ ਲੈਜਿਸਲੇਚਰ ਦੇ ਰਾਹੀਂ ਕੋਈ ਇੱਦਾਂ ਦਾ ਹੈ ਜੋ ਕੌਨਸਟੀਟਿਊਸ਼ਨ ਨੂੰ ਵਾਇਲੇਟ ਕਰ ਰਿਹਾ, ਅਤੇ ਜਿਹੜੀ ਜੁਡੀਸ਼ਰੀ ਹੈ ਉਹ ਉਸਨੂੰ ਚੈੱਕ ਕਰਦੀ ਹੈ ਕਿ ਬਈ ਇਹ ਕਿਧਰੇ ਸਾਡੇ ਕੌਨਸਟੀਟਿਊਸ਼ਨ ਦੇ ਵਾਇਲੇਟਿਵ ਤਾਂ ਨਹੀਂ ਹੈ। ਇਸ ਸਾਰੀ ਚੀਜ਼ ਨੂੰ ਅਸੀਂ ਅਗਰ ਵਾਈਡਲੀ ਦੇਖੀਏ ਤਾਂ ਰੂਲ ਆਫ ਲਾਅ ਕਿਹਾ ਜਾਂਦਾ ਹੈ ਕਿ ਕੋਈ ਐਸਾ ਇੱਕ ਬੰਦਾ ਨਹੀਂ ਹੈ ਜੋ ਲਾਅ ਦੇ ਉੱਪਰ ਹੈਗਾ। ਜਿਹੜੇ ਲਾਅਜ਼ ਹਨ ਉਸਦੇ ਅਕੋਰਡਿੰਗਲੀ ਹਰ ਚੀਜ਼ ਚੱਲਦੀ ਹੈ। ਜੋ ਇਸ ਲਾਅ ਤੋਂ ਬਾਹਰ ਹੈ ਉਸਦੇ ਉੱਪਰ ਚੈੱਕ ਹੈਗਾ। ਇੱਕ ਹੋਰ ਜਿਹੜੀ ਬੜੀ ਇੰਪੋਰਟੈਂਟ ਚੀਜ਼ ਉਸ ਰੈਵੋਲੂਸ਼ਨ ਵਿੱਚ ਸਾਹਮਣੇ ਆਈ ਉਹ ਕੌਨਸੈਪਟ ਸੀਗਾ ਪ੍ਰਾਈਵੇਟ ਪ੍ਰੋਪਰਟੀ ਦਾ। ਤੁਸੀਂ ਫਿਰ ਅਗੇਨ ਇਸ ਚੀਜ਼ ਨੂੰ ਆਪਾਂ ਬੜਾ ਕੈਜੂਅਲ ਲੈਂਦੇ ਹਾਂ, ਫੋਰ ਗ੍ਰਾਂਟਿਡ ਲੈਂਦੇ ਹਾਂ, ਮਗਰ ਇੱਕ ਸਮਾਂ ਸੀ ਜਦ ਜਿਹੜੇ ਪ੍ਰੈਜ਼ੀਡੈਂਟ ਹੈ, ਜਿਹੜਾ ਇੱਕ ਰਾਜਾ ਹੈ, ਹਕੂਮਤ ਹੈ, ਉਹ ਕੋਈ ਵੀ ਚੀਜ਼ ਹੜਪ ਲੈਂਦੇ ਸਨ, ਉਹ ਕੋਈ ਵੀ ਚੀਜ਼ ਕਹਿੰਦੇ ਸਨ ਕਿ ਇਹ ਸਰਕਾਰ ਦੀ ਹੈ। ਇਸ ਕਾਨੂੰਨ ਇਸ ਮੁਲਕ ਦੀ ਕੌਨਸਟੀਟਿਊਸ਼ਨ ਵਿੱਚ ਇਹ ਤੈਅ ਕੀਤਾ ਗਿਆ ਕਿ ਬਈ ਹਰ ਇਨਸਾਨ ਦਾ ਹੱਕ ਹੈ ਆਪਣੀ ਜਿਹੜੀ ਫਰੂਟ ਆਫ ਲੇਬਰ, ਉਸਦੀ ਜਿਹੜੀ ਪ੍ਰੋਪਰਟੀ ਉਹ ਬਣਾਉਂਦਾ ਹੈ, ਉਹ ਉਸਦਾ ਉਸਦੇ ਉੱਪਰ ਹੱਕ ਹੈ। ਅਗਰ ਸਰਕਾਰ ਨੇ ਉਹ ਚੀਜ਼ ਉਸ ਬੰਦੇ ਤੋਂ ਲੈਣੀ ਵੀ ਹੈ ਤਾਂ ਇੱਕ ਜਿਹੜਾ ਡਿਊ ਪ੍ਰੋਸੈਸ ਹੈ, ਇੱਕ ਐਮੀਨੈਂਟ ਡੋਮੇਨ ਹੈ, ਕਈ ਕਿਸਮ ਦੇ ਕਾਨੂੰਨ ਹਨ, ਉਸਦੇ ਥਰੂ ਇੱਕ ਪ੍ਰੋਸੈਸ ਦੇ ਥਰੂ ਜਾਇਆ ਜਾਏਗਾ। ਕਿਸੇ ਸਰਕਾਰ ਦਾ, ਕਿਸੇ ਇੰਡੀਵਿਜੁਅਲ ਦਾ ਹੱਕ ਨਹੀਂ ਹੈ ਕਿਸੇ ਹੋਰ ਦੀ ਪ੍ਰੋਪਰਟੀ ਉੱਪਰ। ਹੁਣ ਜਿਵੇਂ ਮੈਂ ਤੁਹਾਨੂੰ ਸ਼ੁਰੂ ਵਿੱਚ ਕਿਹਾ, ਇਨ ਚੀਜ਼ਾਂ ਦੀ ਬੜੀ ਇੰਪਲੀਕੇਸ਼ਨ ਹਨ। ਅੱਜ ਦੀ ਡੇਟ ਵਿੱਚ ਜਦ ਤੁਸੀਂ ਟੈਕਸ ਦੇ ਅਗੇਂਸਟ ਯੂਨੋ ਆਰਗੂਮੈਂਟਸ ਸੁਣਦੇ ਹੋ, ਕਈ ਲੋਕ ਇਹ ਆਰਗਿਊ ਕਰਦੇ ਨੇ ਕਿ ਬਈ ਕੌਨਸਟੀਟਿਊਸ਼ਨ ਵਿੱਚ ਕਿਹਾ ਗਿਆ ਕਿ ਜਿਹੜੀ ਸਾਡੀ ਮਿਹਨਤ ਦਾ ਫਲ ਹੈ ਉਹ ਸਾਡਾ, ਇੱਕ ਇੰਡੀਵਿਜੁਅਲ ਦਾ, ਕਿਸੇ ਸਰਕਾਰ ਦਾ ਕੀ ਹੱਕ ਬਣਦਾ ਹੈ ਕਿ ਉਹ ਸਾਡੀ ਉਸ ਪ੍ਰਾਈਵੇਟ ਪ੍ਰੋਪਰਟੀ ਨੂੰ ਟੈਕਸ ਕਰੇ ਕਿਸੇ ਹੋਰ ਨੂੰ ਦੇਣ ਵਾਸਤੇ। ਇਹ ਜਿਹੜੀ ਸਾਰੀ ਪ੍ਰੋਬਲਮਸ ਹਨ, ਇਹ ਪ੍ਰੈਕਟੀਕਲ ਪ੍ਰੋਬਲਮਸ ਹਨ, ਇਹਨਾਂ ਦੀ ਵਜਾਵਨ ਇਹ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਨਾਂ ਦਾ ਬੈਕਗਰਾਊਂਡ ਦੱਸ ਰਿਹਾ ਸੀਗਾ। ਹੁਣ ਜਦ ਅਸੀਂ ਇਹਨਾਂ ਦੀ ਬਣਤਰ ਦੀ ਗੱਲ ਕਰਦੇ ਹਾਂ ਕਿ ਜਿਹੜੀ ਜਿਸ ਹਿਸਾਬ ਨਾਲ ਜਿਹੜਾ ਪੋਲੀਟੀਕਲ ਕਲਚਰ ਇਸ ਕੰਟਰੀ 'ਚ ਡਿਵੈਲਪ ਹੋਇਆ,
एक चीज़ जड़ी बड़ी इंपॉर्टेंट समझन वाली है, 1776 तो पहला अमरीका ब्रिटिशर्स का गुलाम सेगा। ब्रिटिशर्स इसनों उदा ही रन करते सके जिमें वो किसी भी कॉलोनी नू गुलाम मुल्क नू रन कर देन। उन्हां दी गवर्नमेंट्स इन्नी एफिशिएंट नहीं सन, जेडे उन्हां दी जुडिशरी सीगी वो इन्नी एफिशिएंट नहीं सी, ए जेडे लोकी सन वो उन्हां दे हक इन्ने ज़्यादा प्रोटेक्ट नहीं किए जाते सन, इंसाफ नहीं सी दिता जांदा। और बेसिक जेडी अमेनिटीज़ हैं, सफाई दी अमेनिटी, यू नो होर जेडी पुलिस दी अमेनिटी, वो सब जेडी हैं वो उन्नी अच्छी तरीके नाल नहीं सन दित्ती जांदियां जिन्नी वो अपनी पॉपुलेशन नूं इंग्लैंड विच देंगे। हुण इस चीज़ का इस मुल्क ने, इस लोग, इस मुल्क दे वसदे लोगों ने सोल्यूशन कढ़िया। बेंजामिन फ्रैंकलिन एक साढ़े फाउंडरिंग फादर होए, उन्होंने कॉन्सैप्ट शुरू किया जॉन्टास कहिंदे सन उन्होंने। उस दे विच उन्होंने कहा कि भई सानू इंग्लैंड ते हुक्मराना दी वेट करन दी लोड़ नहीं है, जो भी करना असी आप करिए। अगर साडा शहर जेड़ा है वह गंदा है तो असी इसनू आप साफ करिए। अगर कोई ऐसी एमिनिटीज़ हैं जो सानू चाहिए सरकार नहीं देंदी, असी आप करिए, सानू सरकार दे वल देखन दी लोड़ नहीं। ए जेड़ा कल्चर है, दिस इज़ समथिंग विच लेड टू द लोकल सैल्फ गवर्नमेंट जो तुसी अमेरिका विच वेखदे हो। देखो आप अगर इंडिया नाल कंपेयर करिए, इंडिया विच एक ते राजनीतिक बनतर है, उस तो बाद ब्यूरोक्रेसी होंदी है, IAS ऑफिसर्स, राइट, पंजाब सिविल सर्विसेज ऑफिसर्स, जेडे बाहरों आके एक स्ट्रक्चर तुहाडे नाल सारा तुहाडे वास्ते काम करदे हैं, जेडी लोकल उत्थे दी पॉपुलेशन है, लोकल पिंड दी, लोकल टाउन दी, या पांच पिंडां दी इकट्ठे करके उन्हां दी नेसेसरली जेडी डिमांड्स एंड नीड्स उन्हां नूं ओह नहीं फुलफिल करदे जेडी उन्हां दी सरकार दा प्रोग्राम आंदा ओह लैके आंदे। इत्थे इह जेड़ा कल्चर जॉन्टास दा क्रिएट होया, उस दे विच इह सीगा कि लोकल सैल्फ गवर्नमेंट आपां करनी है, जेडे आपां नुमाइंदे लोकल विच चुने, पांच बंदे इकट्ठे होकर आपां वोट पाई और एक लोकल बंदा अपना चुन लिया, लोकल रिप्रजेंटेटिव जो लोकल उस चीज़ को डील करता है। लोकल टैक्सिस तुसीं वेखदे हो, अपने स्कूल दे टैक्सिस होंदे हैं, तुहाडे लोकल स्मॉलेस्ट लैवल दे तुहाडे एक्साइज टैक्स होंदे हैं, जो टाउन खुद सैल्फ सफिशेंट हैगे, ਉਹ ਉਹਨਾਂ ਨੂੰ ਸਟੇਟ ਗਵਰਨਮੈਂਟ ਦੀ ਜਾਂ ਫੈਡਰਲ ਗਵਰਨਮੈਂਟ ਦੀ ਅਲੱਗ ਹੈਲਪ ਮਿਲਦੀ ਹੈ, ਬਟ ਇਨ ਇਟਸੈਲਫ ਉਹ ਸਾਰੇ ਇੱਕ ਯੂਨਿਟ ਹੈਗੇ। ਇਹ ਇੱਕ ਇੰਪੋਰਟੈਂਟ ਕੋਨਸੈਪਟ ਸੀਗਾ ਜਿਸ ਦੇ ਉੱਪਰ ਇਹ ਮੁਲਕ ਜਿਹੜਾ ਹੈ ਉਹ ਬਣਿਆ। ਇਹ ਇੰਪੋਰਟੈਂਟ ਕੋਨਸੈਪਟ ਹਾਲੇ ਵੀ ਚੱਲਦਾ ਹੈ। ਇੱਕ ਹੋਰ ਜਿਹੜਾ ਬੜਾ ਇੰਪੋਰਟੈਂਟ ਬੇਸਿਕ ਫੈਕਟਰ ਹੈਗਾ ਇਸ ਮੁਲਕ ਵਿੱਚ, ਉਹ ਹੈਗਾ ਸਟੇਟ ਰਾਈਟਸ ਦਾ। ਜਦ 1776 ਵਿੱਚ ਇਹ ਮੁਲਕ ਆਜ਼ਾਦ ਹੁੰਦਾ ਹੈ, ਉਸ ਵੇਲੇ ਬ੍ਰਿਟੇਨ ਦੀ ਇੱਥੇ 13 ਕੋਲਨੀ ਸੀਗੀਆਂ। ਇਹ 13 ਕੋਲਨੀਜ਼ ਜਿਹੜੀਆਂ ਉਹ ਇੱਕ ਮੁਲਕ ਦੇ ਫੋਰਮ ਵਿੱਚ ਇਕੱਠੀ ਹੋਈਆਂ, ਜਿਨ੍ਹਾਂ ਨੂੰ ਇਹਨਾਂ ਨੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਕਿਹਾ। ਮਗਰ ਉਹਨਾਂ ਨੇ ਆਪਣੀ ਹਰ ਸਟੇਟ ਦੀ ਜਿਹੜੀ ਆਜ਼ਾਦੀ ਹੈ ਉਸਨੂੰ ਕਾਇਮ ਰੱਖਣਾ ਚਾਹਿਆ। ਉਸਨੂੰ ਕਾਇਮ ਰੱਖਣ ਦਾ ਮਤਲਬ ਇਹ ਸੀਗਾ कि जेड़ी एक सेंट्रल गवर्नमेंट है, एक फेडरल गवर्नमेंट है, वो बहुत ज़्यादा वड्डी ते बहुत ज़्यादा स्ट्रोंग ना होए। हर स्टेट अपने तरीके नाल अपने कल्चर नूं प्रिजर्व कर सकता है, अपनी इकोनॉमी नूं प्रिजर्व कर सकता है, बट एक सेंटर उन्होंने रखिया सीगा सानू एक्सटर्नल एग्रेशन तो यू नो लड़न वास्ते। कुछ ड्यूटीज उन्होंने सेंट्रल गवर्नमेंट दी रखियां। और एक 10th अमेंडमेंट है कॉन्स्टिट्यूशन विच जो ये कहती है कि जेड़ी फेडरल गवर्नमेंट है उसके कोल कोई राइट नहीं है, वो कुछ नहीं कर सकती अनलैस जेड़े राइट्स उसनू पर्टिकुलरली दिते गए, जेड़ी ड्यूटीज उसनू पर्टिकुलरली दिती गई हैं, वो कुछ एन्यूमरेटेड है, कुछ उन्होंने नाम लिते गए, कुछ वो पर्टिकुलर एरियाज हैं जिस दे विच सेंट्रल गवर्नमेंट जेड़ी है, फेडरल गवर्नमेंट है, वो लॉज बनाती है। तुसी वेखदे हो इत्थे हर स्टेट का अपना कानून हुंदा है। न्यूयॉर्क का जिहड़ा क्रिमिनल कोड है वह न्यू जर्सी तो, कनैक्टिकट तो, कैलीफोर्निया तो, टैक्सस तो बिल्कुल डिफरेंट हैगा। हर स्टेट का अपना अपना, इंडिया में जिवें एक इंडियन पिनल कोड तुसी देखते सीगो सारे मुल्क विच जारी सीगा, इत्थे हर स्टेट के अपने अपने लॉज हैं, ना सिर्फ क्रिमिनल, जोनिंग लॉज, कई किस्म के लॉज। कुछ लॉज हैं जिहड़े फैडरल हैं, जिस तरह इमीग्रेशन का लॉ एक फैडरल लॉ है, बैंकरप्सी का लॉ एक फैडरल लॉ है, अदरवाइज जिहड़े सिविल, कमर्शियल, हर किस्म दे मैट्रीमोनियल लॉज, जो म्यूनिसिपल लॉज हैं, वो हर स्टेट दे अपने अपने।
ਇਹ ਜਿਹੜੀ ਇੱਕ ਪਰਟੀਕੁਲਰ ਚੀਜ਼ ਹੈ ਇਹ ਇੰਨੀ ਜ਼ਿਆਦਾ ਸਟਰੋਂਗ ਹੈ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਪ੍ਰੈਜ਼ੀਡੈਂਟ ਆਈਜ਼ਨਹਾਵਰ ਨੇ ਨੈਸ਼ਨਲ ਹਾਈਵੇ ਸਿਸਟਮ ਬਣਾਇਆ ਇਸ ਮੁਲਕ ਦਾ। ਹੁਣ ਹਾਈਵੇ ਸਿਸਟਮ ਇਹ ਫੈਡਰਲ ਗਵਰਨਮੈਂਟ ਬਣਾ ਰਹੀ ਹੈ। ਫੈਡਰਲ ਗਵਰਨਮੈਂਟ ਜਦ ਸਟੇਟ ਕੋਲ ਜਾਂਦੀ ਹੈ ਕਿ ਬਈ ਸਾਨੂੰ ਤੁਹਾਡੀ ਰੋਡਸ ਚਾਹੀਦੇ ਹਨ, ਸਾਨੂੰ ਤੁਹਾਡਾ ਏਰੀਆ ਚਾਹੀਦਾ ਰੋਡ ਡਿਵਲਪ ਕਰਨ ਵਾਸਤੇ, ਔਰ ਫੈਡਰਲ ਗਵਰਨਮੈਂਟ ਸਪੀਡ ਦੱਸਦੀ ਹੈ, ਕਹਿੰਦੀ ਹੈ ਕਿ ਵੀ 65 ਮਾਈਲਸ ਪਰ ਆਵਰ ਤੋਂ ਉੱਪਰ ਕੋਈ ਗੱਡੀ ਨਹੀਂ ਚੱਲ ਸਕਦੀ, ਸਟੇਟਸ ਜਿਹੜੀ ਹਨ ਉਹ ਰਿਫਿਊਜ਼ ਕਰ ਦਿੰਦੀਆਂ। ਉਹ ਕਹਿੰਦੀਆਂ ਬਈ ਤੁਸੀਂ ਸਾਡੇ ਵਾਸਤੇ ਲਾਅ ਨਹੀਂ ਬਣਾ ਸਕਦੇ, ਅਸੀਂ ਇਹ ਲਾਅ ਐਕਸੈਪਟ ਨਹੀਂ ਕਰਦੇ ਤੁਹਾਡਾ ਕਿ 65 ਮਾਈਲਸ ਦੇ ਉੱਪਰ ਗੱਡੀ ਕੋਈ ਨਹੀਂ ਚੱਲ ਸਕਦੀ। ਫੈਡਰਲ ਗਵਰਨਮੈਂਟ ਕੋਲ ਕੋਈ ਰਾਹ ਨਹੀਂ ਸੀਗਾ, ਕੋਈ ਤਰੀਕਾ ਨਹੀਂ ਸੀ ਕਿ ਉਹ ਪੂਰੇ ਮੁਲਕ ਵਾਸਤੇ ਇਹ ਲਾਅ ਬਣਾ ਸਕੇ। ਅਤੇ ਫੈਡਰਲ ਗਵਰਨਮੈਂਟ ਨੇ ਕੀ ਦੂਸਰਾ ਤਰੀਕਾ ਅਪਣਾਇਆ, ਉਹਨਾਂ ਨੇ ਕਿਹਾ ਕਿ ਬਈ ਜੋ ਇਹ ਸਪੀਡ ਲਿਮਿਟ ਨੂੰ ਅਡੋਪਟ ਕਰੇਗਾ 65 ਮਾਈਲਸ ਵਾਲੀ, ਉਸਨੂੰ ਅਸੀਂ ਫੈਡਰਲ ਫੰਡਿੰਗ ਦੇਵਾਂਗੇ, ਅਦਰਵਾਈਜ਼ ਅਸੀਂ ਤੁਹਾਨੂੰ ਫੈਡਰਲ ਫੰਡਿੰਗ ਨਹੀਂ ਦੇਵਾਂਗੇ। ਤੁਸੀਂ ਦੇਖੋ ਇਹ ਕਿੰਨੀ ਸੈਂਟਰਲ ਗਵਰਨਮੈਂਟ ਉਹ ਸਟੇਟਸ ਦੇ ਅੱਗੇ ਮਜਬੂਰ ਹੈ, ਉਹ ਉਹਨਾਂ ਵਾਸਤੇ ਲਾਅ ਨਹੀਂ ਬਣਾ ਸਕਦੀ। ਹੁਣ ਇਹ ਜਿਹੜਾ ਅਗੇਨ ਇਹ ਜਿਹੜਾ ਮਸਲਾ ਹੈ, ਇਹ ਇੱਕ ਬਹੁਤ ਵੱਡਾ ਸੈਂਟਰਲ ਮਸਲਾ ਹੈ ਅੱਜ ਦੀ ਪੋਲੀਟਿਕਸ ਵਿੱਚ ਵੀ। ਜਦ ਫੈਡਰਲ ਗਵਰਨਮੈਂਟ ਕੋਈ ਲਾਅ ਬਣਾਉਂਦੀ ਹੈ, ਈਵਨ ਜਿਵੇਂ ਓਬਾਮਾ ਕੇਅਰ ਜੈਸੇ ਲਾਅ ਬਣਦੇ ਨੇ, ਇੱਕ ਪਾਰਟੀ ਕਹਿੰਦੀ ਹੈ ਕਿ ਅਸੀਂ ਸਾਰੇ ਮੁਲਕ ਵਾਸਤੇ ਇਹ ਲਾਅਸ ਬਣਾਉਣੇ ਨੇ, ਔਰ ਜਿਹੜੀ ਦੂਸਰੀ ਪਾਰਟੀ ਹੈ ਉਹ ਉਸਨੂੰ ਅਪੋਜ਼ ਕਰਦੀ ਹੈ ਕਿ ਬਈ ਇਹ ਸਾਡਾ ਫੰਡਾਮੈਂਟਲ ਇਸ ਮੁਲਕ ਦਾ ਪ੍ਰਿੰਸੀਪਲ ਹੈ ਕਿ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਸਾਰਿਆਂ ਵਾਸਤੇ ਲਾਅਸ ਨਹੀਂ ਬਣਾ ਸਕਦੀ। ਇਸ ਪਰਟੀਕੁਲਰ ਪ੍ਰਿੰਸੀਪਲ ਨੂੰ ਇਸਦੇ ਬੜੇ ਫਾਇਦੇ ਵੀ ਹੋਏ ਔਰ ਇਸਦੀ ਦੁਰਵਰਤੋਂ ਵੀ ਕੀਤੀ ਗਈ ਹੈ। ਦੁਰਵਰਤੋਂ ਇਨ ਦਾ ਸੈਂਸ ਜਿਵੇਂ ਤੁਹਾਨੂੰ ਪਤਾ ਇਸ ਮੁਲਕ ਵਿੱਚ ਇੱਕ ਬੜੀ ਹੀ ਮੰਦਭਾਗੀ ਇੱਕ ਗਨੋਨੀ ਪ੍ਰੈਕਟਿਸ ਸੀਗੀ ਜਿਸਨੂੰ ਸਲੇਵਰੀ ਕਿਹਾ ਜਾਂਦਾ ਹੈ। ਉਹ ਸਟੇਟਸ ਰਾਈਟਸ ਦੀ ਆੜ ਵਿੱਚ ਸਲੇਵਰੀ ਨੂੰ ਕਿਵੇਂ ਪ੍ਰੋਟੈਕਟ ਕੀਤਾ ਗਿਆ, ਇਸ ਬਾਰੇ ਅਸੀਂ ਗੱਲ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਪ੍ਰੋਗਰਾਮ ਅੱਜ ਦਾ ਮੁੱਦਾ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਇਹ ਗੱਲ ਕਰ ਰਹੇ ਸੀ ਕਿ ਇਹ ਜਿਹੜੀ ਸਟੇਟ ਰਾਈਟਸ ਵਾਲੀ ਗੱਲ ਹੈ, ਇਸਦੀ ਦੁਰਵਰਤੋਂ ਵੀ ਇਸ ਮੁਲਕ ਵਿੱਚ ਹੋਈ ਹੈ। ਜਿਵੇਂ ਜਦ ਇਸ ਮੁਲਕ ਵਿੱਚ ਸਲੇਵਰੀ ਦਾ ਦੌਰ ਸੀ, ਕੁਛ ਨੌਰਥ ਦੀ ਜਿਹੜੀ ਸਟੇਟ ਸੀਗੀਆਂ ਉਹਨਾਂ ਨੇ ਸਲੇਵਰੀ ਨੂੰ ਐਬੋਲਿਸ਼ ਕਰਤਾ ਸੀਗਾ, ਸਾਊਥ ਦੀ ਕੁਛ ਜਿਹੜੀ ਸਟੇਟਸ ਹਨ ਉਹ ਸਲੇਵਰੀ ਨੂੰ ਖਤਮ ਕਰਨ ਨੂੰ ਤਿਆਰ ਨਹੀਂ ਸੀਗੀਆਂ। ਜਿਹੜੀ ਫੈਡਰਲ ਗਵਰਨਮੈਂਟ ਸੀ, ਸਰਕਾਰ ਸੀ, ਪ੍ਰੈਜ਼ੀਡੈਂਟ ਲਿੰਕਨ ਦੇ ਅੰਡਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਸਲੇਵਰੀ ਜਿਹੜੀ ਹੈ ਇਸਨੂੰ ਖਤਮ ਕੀਤਾ ਜਾਏ, ਅਤੇ ਇੱਕ ਜਿਹੜੀ ਓਪੋਜੀਸ਼ਨ ਉਸਦੀ ਸੀ ਉਹ ਉਸਦੇ ਵਿੱਚ ਜਿਹੜਾ ਆਰਗੂਮੈਂਟ ਸੀ ਉਹ ਆਰਗੂਮੈਂਟ ਸਾਊਦਰਨ ਸਟੇਟਸ ਦਾ ਇਹ ਸੀਗਾ ਕਿ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਲਾਅ ਨਹੀਂ ਬਣਾ ਸਕਦੀ ਸਾਰੇ ਮੁਲਕ ਦੀ, ਕਰਕੇ ਉਹ ਉਨ ਸਟੇਟਸ ਦਾ ਆਪਣਾ ਕੰਮ ਹੈ। ਅਗੇਨ 1965 ਤੋਂ ਪਹਿਲਾਂ ਇਸ ਮੁਲਕ ਵਿੱਚ ਜਿਹੜੇ ਬਲੈਕ ਲੋਕ ਸੀਗੇ ਉਹਨਾਂ ਨੂੰ ਹੋਟਲਸ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ, ਉਹ ਜਿਹੜੇ ਗੋਰਿਆਂ ਦੇ ਰੈਸਟੋਰੈਂਟ ਸੀਗੇ ਉੱਥੇ ਨਹੀਂ ਸੀ ਜਾ ਸਕਦੇ, ਉਹ ਉੱਥੇ ਬੱਸਿਸ ਵਿੱਚ ਨਹੀਂ ਸਨ ਬੈਠ ਸਕਦੇ, ਉਹਨਾਂ ਦੇ ਬੱਚਿਆਂ ਦੇ ਸਕੂਲ ਅੱਡ ਸੀਗੇ। ਅਤੇ ਜਦੋਂ ਇੱਕ ਸਿਵਲ ਰਾਈਟਸ ਸੈਂਟਰਲ ਗਵਰਨਮੈਂਟ ਨੇ ਲਿਆਉਣ ਦੀ ਕੋਸ਼ਿਸ਼ ਕੀਤੀ, ਸਿਵਲ ਰਾਈਟਸ ਐਕਟ ਜਿਸਨੂੰ ਕਹਿੰਦੇ ਨੇ ਪ੍ਰੈਜ਼ੀਡੈਂਟ ਲਿੰਡਨ ਜੌਨਸਨ ਦੇ ਅੰਡਰ, ਉਦੋਂ ਵੀ ਜਿਹੜੀ ਓਪੋਜੀਸ਼ਨ ਆਈ ਔਰ ਉਦੋਂ ਓਪੋਜੀਸ਼ਨ ਅਗੇਨ ਬੜੀ ਸਟਰੋਂਗ ਸਦਰਨ ਸਟੇਟਸ ਤੋਂ ਆਈ, ਉਸਦੇ 'ਚ ਫਿਰ ਇਹ ਓਪੋਜੀਸ਼ਨ ਸੀਗੀ ਕਿ ਵੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਇਹ ਲਾਅਸ ਨਹੀਂ ਬਣਾ ਸਕਦੀ ਸਟੇਟਸ ਦੇ ਵਾਸਤੇ। ਹੁਣ ਤੁਸੀਂ ਆਪ ਵੇਖਿਆ ਕਿ ਉਹ ਜਿਹੜੀ ਸਟੇਟਸ ਹਨ ਉਹ ਇਹ ਗਿਨਾਉਣੇ ਇਹ ਗਲਤ ਕੰਮ ਕਰਦੇ ਸੀਗੇ, ਔਰ ਅਗਰ ਫੈਡਰਲ ਗਵਰਨਮੈਂਟ ਉਹਨਾਂ ਨੂੰ ਨਾ ਰੋਕੇ ਤਾਂ ਉਹ ਸਟੇਟਸ ਨੇ ਤਾਂ ਰੁਕਣਾ ਨਹੀਂ ਸੀਗਾ। ਅਤੇ ਇਹ ਜਿਹੜੀ ਕੁਛ ਇਹ ਜਿਹੜੀ ਇੱਕ ਡਿਫੀਕਲਟ ਡਿਬੇਟਸ ਹੈਗੇ ਆ, ਇੱਕ ਜੈਨੂਇਨ ਆਰਗੂਮੈਂਟਸ ਹੈਗੇ ਔਨ ਬੋਥ ਸਾਈਡਸ ਇਸ ਮੁਲਕ ਵਿੱਚ। ਅਸੀਂ ਕਈ ਇਸ਼ੂਜ਼ ਦੇਖਦੇ ਹਾਂ, ਜਦ ਤੁਹਾਡੇ ਸਾਹਮਣੇ ਇਸ਼ੂ ਆਉਂਦਾ ਗਨ ਕੰਟਰੋਲ ਦਾ, ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਉਸ ਇਸ਼ੂ ਦੇ ਬੈਕਗਰਾਊਂਡ ਨੂੰ ਸਮਝੋ। ਦੇਖੋ ਜਦ 1776 ਵਿੱਚ ਕੌਨਸਟੀਟਿਊਸ਼ਨ ਆਉਂਦਾ, ਪਹਿਲੇ ਡਿਕਲਰੇਸ਼ਨ ਆਫ ਇੰਡੀਪੈਂਡੈਂਸ ਆਈ, ਉਸਦੇ ਤਕਰੀਬਨ 10 ਸਾਲਾਂ ਬਾਅਦ ਇੱਕ ਬਿੱਲ ਆਫ ਰਾਈਟਸ ਆਇਆ
ਜਿਹੜਾ ਬਿੱਲ ਆਫ ਰਾਈਟਸ ਹੈ ਜੋ ਤੁਹਾਨੂੰ ਇਹ ਫਰੀਡਮ ਆਫ ਐਕਸਪ੍ਰੈਸ਼ਨ ਦਾ ਰਾਈਟ ਦਿੰਦਾ, ਕਈ ਜਿਹੜੇ ਰਾਈਟਸ ਹਨ ਤੁਹਾਡੀ ਲਿਬਰਟੀਜ਼ ਨੂੰ ਪ੍ਰੋਟੈਕਟ ਕਰਨ ਦੇ ਅਗੇਂਸਟ ਅਨਡਿਊ ਸਰਚ ਐਂਡ ਸੀਜ਼ਰ ਦੇ ਰਾਈਟਸ ਜਿਹੜੇ ਨੇ, ਤੁਹਾਨੂੰ ਬਿੱਲ ਆਫ ਰਾਈਟਸ ਦਿੰਦਾ। ਬਿੱਲ ਆਫ ਰਾਈਟਸ ਦਾ ਜਿਹੜਾ ਇੱਕ ਸੈਕਿੰਡ ਅਮੈਂਡਮੈਂਟ ਕਿਹਾ ਜਾਂਦਾ ਹੈ, ਉਹ ਰਾਈਟ ਇਹ ਹੈਗਾ, ਔਰ ਇਹ ਬੜਾ ਯੂਨੀਕ ਹੈ, ਜਿੱਦਾਂ ਅਸੀਂ ਕਿਹਾ ਕਿ ਬਈ ਇਸ ਮੁਲਕ ਨੇ ਇਹ ਗੱਲ ਕਹੀ ਕਿ ਬਈ ਜਿਹੜੀ ਪਾਵਰ ਹੈ ਉਹ ਲੋਕਾਂ ਦੇ ਹੱਥ 'ਚ ਹੋਣੀ ਚਾਹੀਦੀ, ਕਿਸੇ ਸਰਕਾਰ ਦੇ ਕਿਸੇ ਹੁਕਮਰਾਨ ਦੇ ਹੱਥ 'ਚ ਨਹੀਂ। ਸੈਕਿੰਡ ਅਮੈਂਡਮੈਂਟ ਇਹ ਕਹਿੰਦੀ ਹੈ ਕਿ ਅਗਰ ਤੁਹਾਡੀ ਹਕੂਮਤ, ਤੁਹਾਡੀ ਸਰਕਾਰ, ਤੁਹਾਡੇ ਹੁਕਮਰਾਨ ਜ਼ਾਲਮ ਹੋ ਜਾਣ, ਉਹਨਾਂ ਕੋਲ ਇੰਨੀ ਪਾਵਰ ਆ ਜਾਏ ਕਿ ਉਹ ਤੁਹਾਡੇ ਹੀ ਖਿਲਾਫ ਜ਼ੁਲਮ ਕਰਨਾ ਸ਼ੁਰੂ ਹੋ ਜਾਣ, ਤਾਂ ਤੁਹਾਨੂੰ ਹੱਕ ਹੈਗਾ ਉਹਨਾਂ ਦੇ ਖਿਲਾਫ ਬੰਦੂਕ ਚੁੱਕਣ ਦਾ। ਹੁਣ ਇਹ ਜਿਹੜੀ ਅਮੈਂਡਮੈਂਟ ਹੈ, ਇਹ ਜਿਹੜੀ ਪਾਵਰ ਹੈ ਲੋਕਾਂ ਨੂੰ ਦਿੱਤੀ ਜਾਂਦੀ ਹੈ ਬੰਦੂਕ ਰੱਖਣ ਦੀ, ਔਰ ਜਿਵੇਂ ਆਪਾਂ ਸ਼ੁਰੂ 'ਚ ਕਿਹਾ, ਲੋਕਾਂ ਦਾ ਮੰਨਣਾ ਹੈ ਕਿ ਇਹ ਜਿਹੜੇ ਹੱਕ ਹਨ ਇਹ ਕੋਈ ਸਰਕਾਰ ਨਹੀਂ ਦਿੰਦੀ, ਇਹ ਹੱਕ ਜਿਹੜੇ ਨੇ ਇਹ ਤੁਹਾਡੇ ਉਸ ਕ੍ਰੀਏਟਰ ਤੋਂ ਆਏ ਨੇ। ਇਹ ਅਲੱਗ ਗੱਲ ਹੈ, ਉਹ ਕ੍ਰੀਏਟਰ, ਅਸੀਂ ਇਸ ਬਾਰੇ 'ਚ ਥੋੜ੍ਹੀ ਗੱਲ ਕਰਾਂਗੇ ਕਿ ਕ੍ਰੀਏਟਰ ਕਿਸ ਨੂੰ ਕਿਹਾ ਗਿਆ, ਮਗਰ ਇਹ ਜਿਹੜੇ ਹੱਕ ਹਨ ਇਹ ਕ੍ਰੀਏਟਰ ਤੋਂ ਆਏ ਨੇ, ਅਤੇ ਕੋਈ ਸਰਕਾਰ, ਕੋਈ ਗਵਰਨਮੈਂਟ, ਭਾਵੇਂ ਕੋਈ ਓਬਾਮਾ ਦੀ ਗਵਰਨਮੈਂਟ ਜਾਂ ਕੋਈ ਹੋਰ ਗਵਰਨਮੈਂਟ, ਜਿਵੇਂ ਕਿਹਾ ਗਿਆ ਉਸ ਵੇਲੇ, ਉਹ ਤੁਹਾਡਾ ਇਹ ਬੰਦੂਕ ਚੱਕਣ ਦਾ ਹੱਕ ਜਿਹੜਾ ਉਹ ਨਹੀਂ ਲੈ ਸਕਦੀ। ਇਹ ਲੋਕਾਂ ਦਾ ਆਰਗੂਮੈਂਟ ਹੈ, ਜਿੱਦਾਂ ਅਸੀਂ ਕਿਹਾ ਕਿ ਕਈ ਵਾਰ ਇਨ ਆਰਗੂਮੈਂਟਸ ਦੀ ਦੁਰਵਰਤੋਂ ਵੀ ਹੁੰਦੀ ਹੈ। ਅਸੀਂ ਰਿਪੀਟਿਡਲੀ ਇਸ ਮੁਲਕ ਵਿੱਚ ਦੇਖ ਰਹੇ ਹਾਂ ਗਨ ਵਾਇਲੈਂਸ ਦੇ ਨਾਲ ਕਿੰਨੀ ਪ੍ਰੋਬਲਮ ਸਾਹਮਣੇ ਆ ਰਹੀ ਹਨ, ਔਰ ਅਸੀਂ ਇਸ ਇੱਕ ਸੋਲਿਊਸ਼ਨ ਨਹੀਂ ਦੇ ਪਾ ਰਹੇ ਹਾਂ, ਔਰ ਜਿਹੜਾ ਅਸੀਂ ਸੋਲਿਊਸ਼ਨ ਨਹੀਂ ਦੇ ਪਾ ਰਹੇ ਹਾਂ ਉਸ ਦੇ ਵਿੱਚ ਬਹੁਤ ਵੱਡਾ ਜਿਹੜਾ ਇਹ ਕਾਰਨ ਹੈ, ਇਹ ਇਸ ਇਹੋ ਜਿਹੀ ਕੌਨਸਟੀਟਿਊਸ਼ਨ ਦੇ ਵਿੱਚ ਜੋ ਰਾਈਟਸ ਆਉਂਦੇ ਨੇ ਉਹਨਾਂ ਦਾ ਆਉਂਦਾ। ਅਸੀਂ ਥੋੜ੍ਹੀ ਜਿਹੀ ਗੱਲ ਕਰੀਏ ਜਿਹੜੀ ਹੁਣ ਰਾਜਨੀਤਿਕ ਬਣਤਰ ਹੈ, ਜਿਹੜੀ ਪਾਰਟੀਜ਼ਨ ਇੱਥੇ, ਦੇਖੋ ਦੋ ਮੇਨ ਪੋਲੀਟੀਕਲ ਪਾਰਟੀਜ਼ਨ US ਵਿੱਚ, ਡੈਮੋਕ੍ਰੈਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ। ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਇਸਨੂੰ ਵਰਲਡ ਦਾ ਸਭ ਤੋਂ ਪੁਰਾਣਾ, ਓਲਡੈਸਟ ਪੋਲੀਟੀਕਲ ਪਾਰਟੀ ਕਿਹਾ ਜਾਂਦਾ ਹੈ। ਜਿਹੜੇ ਥਰਡ ਪ੍ਰੈਜ਼ੀਡੈਂਟ ਸੀਗੇ ਥੋਮਸ ਜੈਫਰਸਨ, ਉਦੋਂ ਤੋਂ ਇਹ ਸ਼ੁਰੂ ਹੋਈ ਹੈ, ਤਦ ਇਸਨੂੰ ਡੈਮੋਕ੍ਰੈਟਿਕ ਰਿਪਬਲਿਕਨ ਪਾਰਟੀ ਕਿਹਾ ਜਾਂਦਾ ਸੀਗਾ। ਜਿਹੜੀ ਪ੍ਰੈਜੈਂਟ ਫੋਰਮ ਵਿੱਚ ਹੈ ਉਹ 1828 ਤੋਂ ਸ਼ੁਰੂ ਹੁੰਦੀ ਹੈ। ਜਿਹੜੇ ਪਹਿਲੇ ਪ੍ਰੈਜੀਡੈਂਟ ਜੋਰਜ ਵਾਸ਼ਿੰਗਟਨ ਜਦ ਪ੍ਰੈਜੀਡੈਂਟ ਬਣੇ ਤਾਂ ਉਹ ਹੀ ਵਾਜ਼ ਨਿਊਟਰਲ, ਉਹਨਾਂ ਨੇ ਕਿਸੇ ਪਾਰਟੀ ਦੇ ਉਹ ਮੈਂਬਰ ਨਹੀਂ ਸਨ। ਇੱਕ ਫੈਡਰਲਿਸਟ ਪਾਰਟੀ ਸੀਗੀ ਉਸ 'ਤੇ, ਜਿਹਨਾਂ ਨੇ ਪਹਿਲੇ ਸ਼ੁਰੂ ਵਿੱਚ ਗਵਰਮੈਂਟ ਬਣਾਉਣ ਦੀ ਉਹ ਗੱਲ ਕੀਤੀ, ਉਸ ਦੀ ਓਪੋਜੀਸ਼ਨ ਵਿੱਚ ਜੈਫਰਸਨ ਨੇ ਇਹ ਡੈਮੋਕ੍ਰੈਟਿਕ ਪਾਰਟੀ ਸ਼ੁਰੂ ਕੀਤੀ ਸੀਗੀ। ਜਿਹੜੀ ਡੈਮੋਕ੍ਰੈਟਿਕ ਪਾਰਟੀ ਪਿਛਲੇ 100 ਸਾਲਾਂ ਵਿੱਚ ਸਾਹਮਣੇ ਆਉਂਦੀ ਹੈ, ਔਰ ਜਿਹੜੀ ਡੈਮੋਕ੍ਰੈਟਿਕ ਪਾਰਟੀ ਉਸ ਤੋਂ ਪਹਿਲਾਂ ਸੀਗਾ, ਉਸਦਾ ਬੜਾ ਫਰਕ ਹੈ। ਜਿਹੜੀ ਦੂਸਰੀ ਪੋਲੀਟੀਕਲ ਪਾਰਟੀ ਹੈਗੀ ਹੈ ਰਿਪਬਲਿਕਨ ਪਾਰਟੀ, ਰਿਪਬਲਿਕਨ ਪਾਰਟੀ ਜਿਹੜੀ ਹੈ ਇਹ ਇਸਦੇ ਜਿਹੜੇ ਫਸਟ ਪ੍ਰੈਜ਼ੀਡੈਂਟ ਸੀਗੇ ਉਹ ਅਬਰਾਹਮ ਲਿੰਕਨ ਸੀਗੇ। ਉਸ ਤੋਂ ਪਹਿਲਾਂ ਕੁਛ 5-10 ਸਾਲ ਪਹਿਲਾਂ ਇਹ ਰਿਪਬਲਿਕਨ ਪਾਰਟੀ ਬਣੀ ਸੀ, ਤਕਰੀਬਨ 1850 ਵਿੱਚ। ਔਰ ਇਹ ਕਿਹਾ ਜਾਂਦਾ ਇਸ ਮੁਲਕ ਵਿੱਚ ਕਿ ਇਹ ਜਿਹੜੀ ਦੋ ਪਾਰਟੀਜ਼ ਹਨ ਇਹਨਾਂ ਨੇ ਕੰਪਲੀਟਲੀ ਸਵਿਚ ਕੀਤਾ ਇੱਕ ਦੂਸਰੇ ਨੂੰ। ਇਹ ਕਿਉਂ ਕਿਹਾ ਜਾਂਦਾ ਮੈਂ ਤੁਹਾਨੂੰ ਦੱਸਦਾ। ਅੱਜ ਦੀ ਡੇਟ ਵਿੱਚ ਜਿਹੜੀ ਰਿਪਬਲਿਕਨ ਪਾਰਟੀ ਹੈ ਉਸਨੂੰ ਕਈ ਵਾਰ ਕਿਹਾ ਜਾਂਦਾ ਹੈ ਕਿ ਉਹ ਜਿਹੜੇ ਬਲੈਕਸ ਹਨ ਜਾਂ ਮਾਈਨੋਰਿਟੀਜ਼ ਹਨ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਨਹੀਂ ਕਰਦੀ, ਇਹ ਅਮੀਰਾਂ ਦੀ ਪਾਰਟੀ ਹੈ, ਔਰ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਉਹ ਲੜਦੀ ਹੈ ਕਮਜ਼ੋਰ ਆਦਮੀ ਦੇ ਹੱਕਾਂ ਵਾਸਤੇ, ਮਾਈਨੋਰਿਟੀਜ਼ ਦੇ ਹੱਕਾਂ ਵਾਸਤੇ। ਇਸ ਪਿਛਲੀ ਜਿਹੜੀ 20th ਸੈਂਚਰੀ ਸੀ ਉਸ ਤੋਂ ਪਹਿਲਾਂ ਜਿਹੜੀ ਓਰੀਜਨਲ ਪਾਰਟੀ ਸੀ ਜਿਨ੍ਹਾਂ ਨੇ ਸਲੇਵਰੀ ਇੰਟਰੋਡਿਊਸ ਕੀਤੀ ਔਰ ਜਿਹੜੀ ਸਲੇਵਰੀ ਨੂੰ ਪ੍ਰੋਟੈਕਟ ਕਰਦੇ ਸਨ ਇਸ ਮੁਲਕ ਵਿੱਚ, ਉਹ ਡੈਮੋਕ੍ਰੈਟਿਕ ਪਾਰਟੀ ਸੀ। ਜਿਹੜੇ ਵੱਡੇ ਅਮੀਰ ਸਾਰੇ ਸੀਗੇ ਉਹ ਡੈਮੋਕ੍ਰੈਟ ਪਾਰਟੀ ਦੇ ਸੀਗੇ, ਔਰ ਜਿਹੜੀ ਰਿਪਬਲਿਕਨ ਪਾਰਟੀ ਹੋਂਦ ਵਿੱਚ ਆਈ ਸੀ ਉਹ ਹੋਂਦ ਵਿੱਚ ਹੀ ਇਸੀ ਗੱਲ ਪਿੱਛੇ ਆਈ ਸੀਗੀ। ਇੱਕ 1850 ਦੇ ਅਰਾਊਂਡ ਵੈਸਟ ਜਿਹੜਾ ਹੈ US ਦਾ ਉਹ ਡਿਵਲਪ ਹੋਣਾ ਸ਼ੁਰੂ ਹੋਇਆ, ਔਰ ਇੱਕ ਉਸਲੇ ਜੰਗ ਸੀਗੀ ਕਿ ਬਈ ਇਹ ਜਿਹੜੀ ਵੈਸਟਰਨ ਸਟੇਟਸ ਉਹਨਾਂ ਵਿੱਚ ਕਈ ਲੋਕ ਕੋਸ਼ਿਸ਼ ਕਰ ਰਹੇ ਸਨ ਕਿ ਜਿਹੜੀ ਸਲੇਵਰੀ ਹੈ ਉਹਨਾਂ ਨੂੰ ਨਾ ਲਿਆਇਆ ਜਾਏ,
ਉਹਨਾਂ ਨੂੰ ਪ੍ਰੋਹਿਬਿਟ ਕੀਤਾ ਜਾਏ, ਬਟ ਜਿਹੜੇ ਕੁਝ ਸਦਨਰ ਸੀਗੇ ਉਹ ਕਹਿੰਦੇ ਸਨ ਕਿ ਉਹ ਲਿਆਇਆ ਜਾਏ। ਇਸ ਜੰਗ ਦੇ ਪਿੱਛੇ, ਇਸ ਚੀਜ਼ ਨੂੰ ਕਰਬ ਕਰਨ ਵਾਸਤੇ ਇਹ ਜਿਹੜੀ ਰਿਪਬਲਿਕਨ ਪਾਰਟੀ ਹੈ ਇਹ ਹੋਂਦ ਵਿੱਚ ਆਈ। ਪ੍ਰੈਜ਼ੀਡੈਂਟ ਅਬਰਾਹਮ ਲਿੰਕਨ ਇਸ ਪਾਰਟੀ ਦੇ ਫਸਟ ਪ੍ਰੈਜ਼ੀਡੈਂਟ ਬਣੇ, ਔਰ ਅਬਰਾਹਮ ਲਿੰਕਨ ਉਹ ਸ਼ਖਸ ਸਨ ਜਿਨ੍ਹਾਂ ਨੇ ਅਮੈਂਡਮੈਂਟ ਲਿਆ ਕੇ ਸਲੇਵਰੀ ਜਿਹੜੀ ਹੈ ਉਸਨੂੰ ਖਤਮ ਕੀਤਾ ਇਸ ਮੁਲਕ ਵਿੱਚ। ਅਤੇ ਇਹ ਬੜਾ ਜ਼ਰੂਰੀ ਹੈ ਇਨ ਪੋਲੀਟੀਕਲ ਪਾਰਟੀਜ਼ ਦਾ ਰੋਲ ਸਮਝਣਾ, ਔਰ ਇਹ ਕਿਵੇਂ ਸਵਿੱਚ ਹੁੰਦੇ ਹਨ, ਕਿਵੇਂ ਇਹਨਾਂ ਦੇ ਰੋਲ ਅਲੈਜਡਲੀ ਬਦਲੇ ਜਾਂਦੇ ਨੇ, ਅਸੀਂ ਇਸ ਬਾਰੇ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ। ਅੱਜ ਦਾ ਮੁੱਦਾ ਪ੍ਰੋਗਰਾਮ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਜੋਤ ਸਿੰਘ। ਅੱਜ ਅਸੀਂ ਗੱਲ ਕਰ ਰਹੇ ਹਾਂ ਇਸ ਮੁਲਕ ਦੀ ਰਾਜਨੀਤਿਕ ਬਣਤਰ ਦੀ, ਇਸ ਪੋਲੀਟੀਕਲ ਹਿਸਟਰੀ ਦੀ। ਅਸੀਂ ਗੱਲ ਕਰ ਰਹੇ ਸੀਗੇ ਕਿ ਕਿਵੇਂ ਦੋਨੋਂ ਪਾਰਟੀਆਂ ਜਿਹੜਾ ਉਹਨਾਂ ਦਾ ਰੋਲ ਇਸ ਮੁਲਕ ਵਿੱਚ ਬਦਲਿਆ, ਕੁਛ ਲੋਕ ਅਲੈਜ ਕਰਦੇ ਨੇ, ਕਿਉਂਕਿ ਜਿਹੜੇ 19th century ਵਿੱਚ ਜਿਹੜਾ ਰੋਲ ਸੀਗਾ ਸਲੇਵਰੀ ਨੂੰ ਕਾਇਮ ਰੱਖਣ ਦਾ, ਸਲੇਵਸ ਰੱਖਣ ਦਾ, ਉਹ ਜਿਹੜੇ ਮੋਸਟਲੀ ਲੋਕ ਸਨ ਉਹ ਡੈਮੋਕ੍ਰੈਟ ਸੀਗੇ, ਵੱਡੇ ਲੈਂਡ ਲੋਰਡਸ ਔਰ ਸਾਰੇ, ਔਰ ਰਿਪਬਲਿਕਨ ਪਾਰਟੀ ਜਿਹੜੀ ਹੈ ਉਹ ਬਣੀ ਹੀ ਸੀਗੀ ਉਸ ਚੀਜ਼ ਨੂੰ ਚੈਲੇਂਜ ਕਰਨ ਵਾਸਤੇ। ਹੋਰ ਜਿਹੜੀ ਕੁਛ ਜਿਹੜੀ ਇਕਨੋਮਿਕ ਪੋਲਿਸੀਜ਼ ਸੀਗੀਆਂ ਸਾਰੀ ਰਿਪਬਲਿਕਨ ਪਾਰਟੀ ਦੀਆਂ, ਉਹ ਬੜੀ ਜਿਸ ਪ੍ਰੋਗਰੈਸਿਵ, ਅੱਜ ਦੀ ਜੋ ਡੈਮੋਕ੍ਰੈਟਿਕ ਪਾਰਟੀ ਹੈ ਉੱਦਾਂ ਦੀ ਉਹ ਪ੍ਰੋਗਰੈਸਿਵ ਜਿਹੜੀਆਂ ਕੁਛ ਪੋਲਿਸੀਜ਼ ਸੀਗੀਆਂ, ਇਹ ਚੈਲੇਂਜ ਕਰਦੇ ਸੀਗੇ ਕਿ ਜਿਸ ਤਰ੍ਹਾਂ ਵੈਸਟ ਸੀਗਾ, ਦੇਖੋ ਸਲੇਵਰੀ ਹਟਾਉਣ ਵਿੱਚ ਜਿੱਥੇ ਰਾਈਟਸ ਦੀ ਗੱਲ ਸੀ ਕਿ ਬਈ ਇੱਕ ਇਨਸਾਨ ਦੂਸਰੇ ਇਨਸਾਨ ਦੇ ਉੱਪਰ ਇਹ ਜ਼ੁਲਮ ਨਾ ਕਰੇ, ਉਸਦੇ ਇਲਾਵਾ ਉਸਦੇ ਕੁਛ ਇਕਨੋਮਿਕ ਰੀਜ਼ਨਸ ਵੀ ਸੀਗੇ। ਇਕਨੋਮਿਕ ਰੀਜ਼ਨਸ ਇਹ ਸੀਗੇ ਕਿ ਕਈ ਲੋਕ ਆਰਗਿਊ ਕਰਦੇ ਸਨ ਕਿ ਬਈ ਜਿਹੜੇ ਸਲੇਵ ਓਨਰਸ ਹਨ ਉਹ ਜਿਹੜੇ ਨਿਊ ਬਿਜ਼ਨਸਮੈਨ ਹਨ, ਜਿਹੜੀ ਨਵੀਂ ਦੁਨੀਆ ਬਣ ਰਹੀ ਸੀ ਵੈਸਟ ਵਿੱਚ, ਦੇ ਹੈਵ ਨੋ ਚਾਂਸ, ਉਹਨਾਂ ਕੋਲ ਕੋਈ ਚਾਂਸ ਨਹੀਂ ਹੈ ਸਲੇਵ ਓਨਰਸ ਦੇ ਨਾਲ ਕੰਪੀਟ ਕਰਨ ਦਾ, ਬਿਕੋਜ਼ ਜਿਹੜੀ ਸਲੇਵ ਓਨਰਸ ਹਨ ਉਹਨਾਂ ਦੀ ਜਿਹੜੀ ਕੋਸਟ ਹੈ ਬਿਜ਼ਨਸ ਕਰਨ ਦੀ ਉਹ ਕੁਛ ਵੀ ਨਹੀਂ ਹੈ, ਕਿਉਂਕਿ ਉਹ ਤਾਂ ਸਲੇਵਸ ਨੂੰ ਕੋਈ ਤਨਖਾਹ ਨਹੀਂ ਸੀ ਦਿੰਦੇ। ਕਈ ਜਿਹੜੀ ਉਹਨਾਂ ਦੀ ਪੋਲਿਸੀਜ਼ ਸੀਗੀਆਂ ਸੈਂਟਰ ਨੂੰ, ਨੌਰਥ ਨੂੰ ਫੇਵਰ ਕਰਨ ਵਾਲੀਆਂ, ਉਹ ਅੱਜ ਦੀ ਜੋ ਈਸਟ ਕੋਸਟ 'ਤੇ ਤੁਸੀਂ ਅੱਜ ਦੇਖਦੇ ਹੋ ਡੈਮੋਕ੍ਰੈਟਿਕ ਪਾਰਟੀ ਜਿਸ ਤਰ੍ਹਾਂ ਹਾਫਿਜ਼ ਹੈ, ਉਸ ਵੇਲੇ ਉਹ ਰਿਪਬਲਿਕਨ ਪਾਰਟੀ ਜਿਹੜੀ ਸੀ ਉਹ ਨੌਰਥ ਦੀ ਪਾਰਟੀ ਸੀਗੀ, ਔਰ ਜਿਹੜੀ ਸਾਊਥ ਦੀ ਪਾਰਟੀ ਸੀਗੀ ਉਹ ਡੈਮੋਕ੍ਰੈਟ ਸੀਗੇ। ਓਵਰ ਦ ਟਰਨ ਆਫ ਦ ਸੈਂਚਰੀ ਇੱਕ ਪ੍ਰੈਜ਼ੀਡੈਂਟ ਆਉਂਦਾ ਹੈ, ਟੈਡੀ ਰੂਜ਼ਵੈਲਟ, ਜੋ ਰਿਪਬਲਿਕਨ ਸੀਗਾ, ਮਗਰ ਟੈਡੀ ਰੂਜ਼ਵੈਲਟ ਜਿਹੜਾ ਸੀਗਾ ਉਹ ਪ੍ਰੋਗਰੈਸਿਵ ਪ੍ਰੈਜ਼ੀਡੈਂਟ ਸੀਗਾ। ਉਹ ਇਹ ਕਹਿੰਦਾ ਸੀ ਕਿ ਜਿਹੜਾ ਇਨਸਾਨ ਹੈ ਉਹ ਕੋਨਸਟੀਟਿਊਸ਼ਨ ਵਾਸਤੇ ਨਹੀਂ ਹੈ, ਕੋਨਸਟੀਟਿਊਸ਼ਨ ਜਿਹੜਾ ਹੈ ਉਹ ਇਨਸਾਨ ਵਾਸਤੇ। ਜਿਵੇਂ ਆਪਾਂ ਤੁਹਾਨੂੰ ਪਹਿਲੇ ਦੱਸਿਆ ਕਿ ਕੁਛ ਲੋਕ ਬੜੀ ਸਟ੍ਰਿਕਟਲੀ ਦੇਖਦੇ ਸਨ ਕੋਨਸਟੀਟਿਊਸ਼ਨ ਨੂੰ, ਔਰ ਕੋਈ ਵੀ ਜਿਹੜੀ ਚੇਂਜ ਹੈ, ਜਿਹੜਾ ਵਰਡ ਜਿਹੜਾ ਲਫਜ਼ ਹੈ ਕੰਜ਼ਰਵੇਟਿਵ, ਕੰਜ਼ਰਵੇਟਿਵ ਉਹ ਹੁੰਦਾ ਜੋ ਚੀਜ਼ ਨੂੰ ਕੰਜ਼ਰਵ ਕਰਦਾ, ਜੋ ਚੇਂਜ ਨੂੰ ਇੰਨੀ ਜਲਦੀ ਅਡੋਪਟ ਨਹੀਂ ਕਰਦਾ, ਜਿੱਦਾਂ ਚੀਜ਼ ਚੱਲ ਰਹੀ ਹੈ ਉੱਦਾਂ ਹੀ ਚੱਲਣ ਦੇਣਾ ਚਾਹੁੰਦਾ ਹੈ। ਅਤੇ ਉਹ ਬੜੇ ਸਟ੍ਰਿਕਟਲੀ ਮੰਨਦੇ ਸੀਗੇ ਕੋਨਸਟੀਟਿਊਸ਼ਨ ਨੂੰ, ਕੋਈ ਚੇਂਜ ਉਸਦੇ ਵਿੱਚ ਲਿਆਉਣ ਵਾਲੀ ਗੱਲ ਨਹੀਂ ਸੀ ਕਰਦੇ। ਹੁਣ ਕੋਨਸਟੀਟਿਊਸ਼ਨ ਇਹ ਕਹਿੰਦਾ ਹੈ ਕਿ ਬਈ ਪ੍ਰਾਈਵੇਟ ਪ੍ਰੋਪਰਟੀ ਹੈਗੀ ਹੈ, ਹਰ ਬੰਦਾ ਜਿਹੜਾ ਹੈ ਉਸਦੀ ਜਿਹੜੀ ਪਰਸਨਲ ਚੀਜ਼ ਹੈ ਕੋਈ ਦੂਸਰਾ ਉਸਨੂੰ ਨਾ ਲੇ, ਯੂ ਨੋ, ਇੱਕ ਟੈਕਸ ਦੇ ਅਗੇਂਸਟ ਇਹ ਆਰਗੂਮੈਂਟ ਦੇਖਿਆ ਜਾਂਦਾ ਹੈ। ਇਸ ਮੁਲਕ ਵਿੱਚ ਵੈਲਫੇਅਰ ਦਾ ਕੋਈ ਵੀ ਪ੍ਰੋਵੀਜ਼ਨ ਜਿਹੜਾ ਕਿ ਸਰਕਾਰ ਕਿਸੇ ਬੰਦੇ ਨੂੰ, ਜਿਵੇਂ ਅੱਜ ਅਸੀਂ ਦੇਖਦੇ ਹਾਂ ਫੂਡ ਸਟੈਂਪ ਦਿੰਦੀ ਹੈ, ਮੈਡੀਕੇਅਰ ਦਿੰਦੀ ਹੈ, ਸੋਸ਼ਲ ਸਿਕਿਉਰਿਟੀ ਦਿੰਦੀ ਹੈ, ਸਰਕਾਰ ਦਾ ਇੱਦਾਂ ਦਾ ਕੋਈ ਵੀ ਕੰਮ ਨਹੀਂ ਪਰਮਿਸੀਬਲ ਸੀ ਓਰੀਜਨਲ ਕੋਨਸਟੀਟਿਊਸ਼ਨ ਵਿੱਚ। ਕੋਨਸਟੀਟਿਊਸ਼ਨ ਇਹ ਕਹਿੰਦਾ ਸੀਗਾ ਕਿ ਬਈ ਅਸੀਂ ਸਰਕਾਰ, ਵੱਡੀ ਸਰਕਾਰ ਦੇ ਫੈਨ ਨਹੀਂ ਹੈ, ਕਿਉਂਕਿ ਸਰਕਾਰ ਜਦ ਵੱਡੀ ਹੁੰਦੀ ਹੈ ਤਾਂ ਉਹ ਓਪਰੈਸਿਵ ਹੋ ਜਾਂਦੀ ਹੈ, ਅਤੇ ਸਰਕਾਰ ਸ਼ੁਰੂ ਵਿੱਚ ਕਿੰਨਾ ਵੀ ਅੱਛਾ ਕਰੇ ਉਹ ਸਰਵਾਈਵ ਨਹੀਂ ਕਰ ਸਕਦੀ, ਉਹ ਹਮੇਸ਼ਾ ਗਲਤ ਹੀ ਹੁੰਦੀ। ਇਹ ਇੱਕ ਸੋਚ ਸੀ, ਮਗਰ ਸਮੇਂ ਦੇ ਨਾਲ ਵੇਖਿਆ ਗਿਆ ਕਿ ਬਈ ਲੋਕਾਂ ਨੂੰ ਕੁਛ ਸਰਕਾਰ ਦੀ ਹੈਲਪ ਦੀ ਲੋੜ ਹੈਗੀ ਹੈ। ਜਿਵੇਂ ਜੇ ਟੈਡੀ ਰੂਜ਼ਵੈਲਟ ਨੇ ਕੁਛ ਜਿਹੜੇ ਕੰਮ ਸ਼ੁਰੂ ਕੀਤੇ 1904 ਵਿੱਚ, ਉਹਨਾਂ ਨੇ ਫੂਡ ਐਂਡ ਡਰੱਗਸ ਦੇ ਨੂੰ ਲੈ ਕੇ, ਉਹ ਜਿਹੜੀ ਆਪਾਂ ਹੁਣ ਆਪਾਂ ਮੀਟ ਖਾਂਦੇ ਹਾਂ, ਜਿਹੜੇ ਅਸੀਂ ਖਾਣਾ ਖਾਂਦੇ ਹਾਂ ਉਸਦੇ ਉੱਪਰ ਅਸੀਂ ਦੇਖਦੇ ਹੋ ਅਸੀਂ FDA ਦੀ ਸਟੈਂਪ ਹੁੰਦੀ ਹੈ, ਜਾਂ ਜਿਹੜੀ ਦਵਾਈਆਂ ਮਿਲਦੀਆਂ ਹਨ ਉਹਨਾਂ ਉੱਪਰ ਡਰੱਗ ਐਡਮਿਨਿਸਟ੍ਰੇਸ਼ਨ ਦੀ ਜਿਹੜਾ ਅਪਰੂਵਲ ਹੁੰਦਾ ਉਹ ਸਰਕਾਰ ਦੀ ਏਜੰਸੀ ਹਨ। ਪਹਿਲੇ ਆ ਵੀ ਨਹੀਂ ਸਨ ਹੁੰਦੀਆਂ, ਇਹ ਫੈਡਰਲ ਏਜੰਸੀਜ਼ ਹੈਗੀਆਂ, ਔਰ ਜਦ ਉਹ ਏਜੰਸੀਜ਼ ਬਣਾਉਣ ਦੀ ਸਰਕਾਰ ਨੇ ਗੱਲ ਕੀਤੀ ਅਤੇ ਉਸਦੀ ਓਪੋਜੀਸ਼ਨ ਹੋਈ,
क्या क्या भाई साडा जिहड़ा मुल्क है ए, ए, ए सरकार नूं तुसीं वड्डा करदे पिओ, सरकार नहीं होनी चाहीदी। जिहड़ा एक होर बहुत वड्डा काम जिहड़ा टेडी रूजवेल्ट ने किया ਉਹ ਸੀਗਾ ਕਿ ਜਿਹੜੀ ਇਸ ਉਸ ਵੇਲੇ ਮੋਨੋਪਲੀਜ਼ ਹੁੰਦੀਆਂ ਸਨ ਬੜੀਆਂ ਸਟਰੋਂਗ ਕੁਝ ਕੰਪਨੀਆਂ ਜਿਸ ਤਰ੍ਹਾਂ ਉਹਨਾਂ ਅਸੀਂ ਉਹ ਫਿਰ ਦੇਖਦੇ ਪਏ ਹਾਂ ਔਰ ਅਸੀਂ ਉਸ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਕਿ ਟਰੱਸਟ ਬਣ ਗਏ ਬੜੇ ਇੰਪੋਰਟੈਂਟ। ਜਿਹੜੀ ਰੇਲਵੇ ਦੀ ਕੰਪਨੀਆਂ ਸਨ, ਰੇਲ ਰੋਡਸ, ਉਹ ਬੜੀਆਂ ਜ਼ਿਆਦਾ ਪਾਵਰਫੁਲ ਹੋ ਗਈਆਂ, ਉਹਨਾਂ ਨੂੰ ਉਸਨੇ ਤੋੜਨ ਦਾ ਕੰਮ ਸ਼ੁਰੂ ਕੀਤਾ। ਜਦ ਉਸਨੇ ਉਹਨਾਂ ਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਔਰ ਇਹ ਤੁਹਾਨੂੰ ਦੱਸਿਆ ਕਿ ਉਹ ਇੱਕ ਰਿਪਬਲਿਕਨ ਸੀਗੇ, ਵਿਦ ਇਨ ਦ ਰਿਪਬਲਿਕਨ ਪਾਰਟੀ ਜਿਹੜੇ ਉਹਨਾਂ ਦੇ ਸਪੋਰਟਰ ਸਨ ਕੁਛ ਸਨ ਜਿਹੜੇ ਬੜੇ ਵੱਡੇ ਬਿਜ਼ਨਸ ਵਾਲੇ ਸੀਗੇ, ਉਹ ਉਹਨਾਂ ਨੂੰ ਅਪੋਜ਼ ਕਰਨਾ ਸ਼ੁਰੂ ਹੋ ਗਏ। ਜਿਹੜੇ ਇਹਨਾਂ ਦੇ ਬਾਅਦ ਟੈਡੀ ਰੂਜ਼ਵੈਲਟ ਦੇ ਬਾਅਦ ਨੈਕਸਟ ਪ੍ਰੈਜ਼ੀਡੈਂਟ ਆਉਂਦੇ ਹਨ ਜਿਨ੍ਹਾਂ ਨੂੰ ਰੂਜ਼ਵੈਲਟ ਨੇ ਖੁਦ ਪਹਿਲੇ ਪ੍ਰਮੋਟ ਕੀਤਾ, ਟੈਫਟ, ਉਹ ਬਿਲਕੁਲ ਉਹਨਾਂ ਦੇ ਅਗੇਂਸਟ ਜਾਣਾ ਸ਼ੁਰੂ ਹੋ ਗਏ ਰੂਜ਼ਵੈਲਟ ਦੀ ਪੋਲਿਸੀਜ਼ 'ਤੇ। ਉਹਨਾਂ ਨੇ ਬਿਜ਼ਨਸਿਸ ਨੂੰ ਪ੍ਰੋਟੈਕਟ ਕਰਨਾ ਸ਼ੁਰੂ ਕਰਤਾ, ਇੱਕ ਪੂਰਾ ਪੈਰਾਡਾਈਮ ਸ਼ਿਫਟ ਹੋ ਗਿਆ 1912 ਦੇ ਅੱਗੇ ਅਰਾਊਂਡ ਔਰ ਉਸ ਤੋਂ ਬਾਅਦ ਜਿਹੜੀ ਮਤਲਬ ਇਕਨੋਮਿਕ ਰੀਜ਼ਨਸ ਜਿਹੜੇ ਬੰਦੇ ਬਿਜ਼ਨਸਿਸ ਬਚਾਉਣਾ ਚਾਹੁੰਦੇ ਸਨ ਉਹ ਜਿਹੜਾ ਲੇਬਲ ਸੀਗਾ ਟੈਫਟ ਦਾ ਰਿਪਬਲਿਕਨ ਪਾਰਟੀ ਦਾ ਉਹ ਉਸਦੇ ਥੱਲੇ ਆਉਣਾ ਸ਼ੁਰੂ ਹੋ ਗਏ। ਇੰਨਾ ਜ਼ਿਆਦਾ ਹੋ ਗਿਆ ਕਿ ਪ੍ਰੈਜ਼ੀਡੈਂਟ ਰੂਜ਼ਵੈਲਟ ਨੇ ਇੱਕ ਨਵੀਂ ਪਾਰਟੀ ਬਣਾ ਕੇ ਇਹਨੂੰ ਚੈਲੇਂਜ ਕੀਤਾ, ਬਟ ਉਹ ਉਹਨਾਂ ਦੀ ਵੋਟ ਜਿਹੜੀ ਹੈ ਉਹ ਟੁੱਟ ਗਈ ਵਿਦ ਦ ਰਿਪਬਲਿਕਨ ਔਰ ਡੈਮੋਕ੍ਰੈਟਿਕ ਵੁਡਰੋ ਵਿਲਸਨ ਜਿਹੜੇ ਨੇ ਉਹ ਨਵੇਂ ਪ੍ਰੈਜ਼ੀਡੈਂਟ ਆਏ ਅਮਰੀਕਾ ਦੇ ਔਰ ਇਸ ਵਿੱਚ ਇੱਕ ਬੜਾ ਵੱਡਾ ਜਿਹੜਾ ਸ਼ਿਫਟ ਸੀਗਾ ਉਹ ਦੇਖਿਆ ਗਿਆ ਐਂਡ ਵਿਦ ਕਮਿੰਗ ਟਾਈਮ ਉਹ ਸ਼ਿਫਟ ਜਿਹੜਾ ਉਹ ਵੱਧਦਾ ਗਿਆ, ਉਹ ਸ਼ਿਫਟ ਜਿਹੜਾ ਉਹ ਫਰਦਰ ਵੱਧਦਾ ਗਿਆ। 1932 ਵਿੱਚ ਇੱਕ ਪ੍ਰੈਜ਼ੀਡੈਂਟ ਆਏ FDR ਨੇ ਉਹਨਾਂ ਤੋਂ ਕੁਛ ਸਾਲ ਪਹਿਲਾਂ ਇੱਕ ਬਹੁਤ ਵੱਡਾ ਗ੍ਰੇਟ ਡਿਪਰੈਸ਼ਨ ਇਸ ਮੁਲਕ ਵਿੱਚ ਆਇਆ 1929 ਦੇ ਅਰਾਊਂਡ, ਜਦ ਟੋਟਲ ਜਿਹੜੀ ਇਕੋਨਮੀ ਸੀ ਇਸ ਮੁਲਕ ਦੀ ਕੋਲੈਪਸ ਕਰ ਗਈ। ਜੋ ਓਬਾਮਾ ਦੇ ਟਾਈਮ ਰਿਸੈਸ਼ਨ ਆਇਆ ਉਸ ਨੂੰ ਕਿਹਾ ਜਾਂਦਾ ਕਿ ਉਸਦੇ ਬਾਅਦ ਹੈਗਾ, ਉਸਦੇ ਨੇੜੇ ਹੈਗਾ, ਬਟ ਕਿਧਰੇ ਵੀ ਉਸਦੇ ਨੇੜੇ ਤੇੜੇ ਨਹੀਂ, ਬਿਕੋਜ਼ ਉਦੋਂ ਬਹੁਤ ਜ਼ਿਆਦਾ ਮੈਸਿਵ ਪਾਵਰਟੀ ਜਿਹੜੀ ਹੈ ਅਮਰੀਕਾ 'ਚ ਦੇਖੀ ਗਈ। ਉਸਦੇ ਰਿਜ਼ਲਟ ਵਿੱਚ ਜਿਹੜੀ ਡੈਮੋਕ੍ਰੈਟਿਕ ਗਵਰਨਮੈਂਟ ਸੀ FDR ਦੀ, ਉਹਨਾਂ ਨੇ ਸੋਸ਼ਲ ਪੋਲਿਸੀਜ਼ ਪਹਿਲੀ ਵਾਰ ਲਿਆਈਆਂ ਇਨ ਦਾ ਵੇ ਜਿਸ ਨੂੰ ਸੇਫਟੀ ਨੈੱਟ ਕਿਹਾ ਗਿਆ। ਇਹ ਜਿਹੜੀ ਤੁਸੀਂ ਸੋਸ਼ਲ ਸਿਕਿਉਰਿਟੀ ਦੇਖਦੇ ਹੋ, ਕਈ ਕਿਸਮ ਦੀ ਪੋਲਿਸੀਜ਼, ਜਿਹੜੀ ਤੁਹਾਡੀ ਬੈਂਕਿੰਗ ਦੀ ਪੋਲਿਸੀਜ਼ ਹਨ, ਤੁਹਾਨੂੰ ਇਹ ਦੱਸਾਂ ਕਿ ਉਸ ਵੇਲੇ ਵੀ ਜਿੱਦਾਂ ਅੱਜ ਦੀ ਰਿਪਬਲਿਕਨ ਪਾਰਟੀ ਕਹਿੰਦੀ ਹੈ ਕਿ ਰੈਗੂਲੇਸ਼ਨ ਕੱਟ ਕਰੋ, ਇਹ ਹਟਾਓ, ਉਹ ਹਟਾਓ, ਟੈਕਸਿਸ ਕੱਟ ਕਰੋ, ਉਹੀ ਸਭ ਪੋਲਿਸੀ ਉਦੋਂ ਵੀ ਰਿਪਬਲਿਕਨ ਪ੍ਰੈਜ਼ੀਡੈਂਟ ਸੀਗੇ, ਰਿਪਬਲਿਕਨਸ ਦੀ ਕਾਂਗਰਸ ਸੀਗੀ, ਤਿੰਨੋਂ ਜਿਹੜੇ ਕਾਂਗਰਸ, ਸੈਨੇਟ ਔਰ ਪ੍ਰੈਜ਼ੀਡੈਂਟ ਉਸ ਵੇਲੇ ਰਿਪਬਲਿਕਨਸ ਦੇ ਸੀਗੇ ਅਤੇ ਬੜਾ ਕੋਲੈਪਸ ਕਰ ਗਈ ਸੀਗੀ ਮਾਰਕੀਟ ਸਾਰੀ। ਅਤੇ ਉਸ ਤੋਂ ਬਾਅਦ ਜੇ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ FDR ਆਉਂਦੇ ਹਨ ਅਤੇ ਬਹੁਤ ਜ਼ਿਆਦਾ ਉਹ ਇਨ ਸਾਰੇ ਪ੍ਰੋਗਰਾਮਸ ਨੂੰ ਵਧਾਉਂਦੇ ਹਨ। ਉਸ ਉਨ ਪ੍ਰੋਗਰਾਮਸ ਦੀ ਬੜੀ ਜ਼ਿਆਦਾ ਓਪੋਜੀਸ਼ਨ ਹੋਈ, ਉਸ ਤੋਂ ਬਾਅਦ ਫਿਰ ਵੀ ਉਹ ਮੂਵਮੈਂਟ ਚੱਲਦੀ ਰਹੀ। ਜਦ ਲਿੰਡਨ ਜੌਨਸਨ ਆਉਂਦੇ ਹਨ 1960s ਵਿੱਚ, JFK ਦੇ ਮਰਨ ਦੇ ਬਾਅਦ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਸੀਗੇ, ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਬਣੇ 1964, 1965, ਜਿਹੜੇ ਮੋਸਟ ਆਫ ਦ ਐਕਟ ਜਿਹੜੇ ਤੁਸੀਂ ਦੇਖਦੇ ਹੋ ਜਿਹੜੇ ਅੱਜ ਦੀ ਡੇਟ ਵਿੱਚ ਜਿਹੜੇ ਪ੍ਰੋਗਰੈਸਿਵ ਦਾ ਬੇਸ ਬਣਦੇ ਨੇ, ਠੀਕ ਹੈ, ਗ੍ਰੇਟ ਸੁਸਾਇਟੀ ਕਿਹਾ ਲਿੰਡਨ ਜੌਨਸਨ ਨੇ ਉਸਨੂੰ, ਤੁਹਾਡੀ ਇਮੀਗ੍ਰੇਸ਼ਨ ਔਰ ਨੈਸ਼ਨੈਲਿਟੀ ਐਕਟ ਜਿਹੜਾ ਉਸ ਵੇਲੇ ਆਇਆ, ਤੁਹਾਡਾ ਜਿਹੜਾ ਵੋਟਿੰਗ ਰਾਈਟਸ ਹੈ, ਦੇਖੋ ਸਲੇਵਰੀ ਖਤਮ ਹੋਈ, ਰੀਕੰਸਟਰਕਸ਼ਨ ਦਾ ਟਾਈਮ ਆਇਆ, ਉਸ ਤੋਂ ਬਾਅਦ ਇਸ ਮੁਲਕ ਵਿੱਚ ਕੋਈ ਚੀਜ਼ ਹੈ ਜਿਸ ਨੂੰ ਜਿਮ ਕਰੋਕਿਆ ਜਾਂਦਾ, ਕਾਲਿਆਂ ਨੂੰ ਵੋਟ ਦੇਣ ਦੇ ਹੱਕ ਜਿਹੜੇ ਨੇ ਉਹ ਫਿਰ ਵੀ ਦਬਾਏ ਗਏ, ਉਹਨਾਂ ਨੂੰ ਫਿਰ ਵੀ ਸੈਪਰੇਟ ਰੱਖਿਆ ਗਿਆ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ। ਇੱਕ ਵੋਟਿੰਗ ਰਾਈਟਸ ਐਕਟ ਲਿੰਡਨ ਜੌਨਸਨ ਦੇ ਟਾਈਮ ਆਇਆ 1965 ਵਿੱਚ, ਜਿਨ੍ਹਾਂ ਨੇ ਉਸ ਲਈ ਬਹੁਤ ਕੰਮ ਕੀਤਾ। 1964 ਵਿੱਚ ਇੱਕ ਸਿਵਲ ਰਾਈਟ ਐਕਟ ਆਇਆ, ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਕਿ ਕਾਲਿਆਂ ਨੂੰ ਉਹ ਹੱਕ ਨਹੀਂ ਸਨ ਮਿਲੇ। ਇਸ ਮੁਲਕ ਦੀ ਕੋਰਟ ਨੇ, ਕੋਰਟ ਦਾ ਕਈ ਵਾਰ ਬੜਾ ਥੋੜ੍ਹਾ ਅਫਸੋਸਨਾਕ ਰੋਲ ਰਿਹਾ ਇਸ ਮੁਲਕ ਵਿੱਚ ਕੁਛ ਮਾਈਨੋਰਿਟੀਜ਼ ਨੂੰ ਲੈ ਕੇ। ਇੱਕ ਟਾਈਮ ਸੀਗਾ, ਇੱਕ ਜੱਜਮੈਂਟ ਦਿੱਤੀ ਗਈ, ਡਰੇਡ ਸਕੋਟ ਇੱਕ ਕੇਸ ਸੀਗਾ, ਜਿਸਦੇ 'ਚ ਇਹ ਕਿਹਾ ਗਿਆ ਕਿ ਬਈ ਕਾਲਾ ਜਿਹੜਾ ਮਨੁੱਖ ਹੈ ਉਹ ਮਨੁੱਖ ਵੀ ਨਹੀਂ ਹੈ, ਉਹ ਪ੍ਰੋਪਰਟੀ ਹੈਗੀ ਹੈ, ਉਸਦਾ ਕੋਈ ਰਾਈਟ ਨਹੀਂ, ਉਹ ਪ੍ਰੋਪਰਟੀ ਹੈਗੀ ਹੈ ਇੱਕ ਗੋਰੇ ਬੰਦੇ ਦੀ ਉਸਨੂੰ ਵੇਚਣ ਦੀ।
उस तो बाद जब जिम क्रो लॉज वगैरह सन उस वेले एक डॉक्ट्रिन रिकगनाइज की गई जिसमें किया गया सेपरेट बट इक्वल कि हाँ भाई चलो सिटीजन हैगा इक्वल राइट तो है बट गोरिया बच्चों के नाल मिक्स नहीं हो सकता इन्हों के स्कूल अलग होंगे इन्हों के हॉस्पिटल अलग होंगे इन्हों पब्लिक प्लेसिस अलग होंगे ये इस मुल्क चलता सीगा ये सब जड़ा है ये खत्म होया खत्म करने की कोशिश की गई कानूनी तौर पर 1964 प्रेजिडेंट लिंडन जॉनसन जो जड़े कि डेमोक्रेटिक प्रेजिडेंट से उन्हों की प्रेजिडेंसी के अंडर सिविल राइट्स एक्ट के तहत असी थोड़े नाल गल जारी रखेंगे एक छोटी जी ब्रेक के बाद। अज का मुद्दा प्रोग्राम में थोड़ा फिर तो स्वागत है साढ़े नाल एक कॉलर जुड़ गए। हाँ जी तुसी कौन बोल रहे हो कितों बोल रहे हो? ਸਤਿ ਸ਼੍ਰੀ ਅਕਾਲ ਹਰਜੋਤ, ਮੈਂ ਅਮਨ ਬੋਲ ਰਹੀ ਹਾਂ ਲੌਂਗ ਆਈਲੈਂਡ ਤੋਂ ਜੀ। ਤੇ ਮੈਂ ਤੁਹਾਨੂੰ ਦੱਸਣਾ ਚਾਹ ਰਹੀ ਸੀ ਕਿ ਤੁਸੀਂ ਬਹੁਤ ਵਧੀਆ ਤੇ ਬੜੀ ਡਿਟੇਲ ਨੌਲੇਜ ਦੇ ਰਹੇ ਹੋ ਸਾਰੇ ਅਮਰੀਕਨ ਗਵਰਨਮੈਂਟ ਦੇ ਕਨਸੈਪਟ ਤੇ। ਤੇ ਮੈਨੂੰ ਤੁਹਾਡੇ ਨਾਲ ਇਹ ਕੁਐਸਚਨ ਹੈਗਾ ਕਿ ਜਿਹੜੀ ਹੁਣ ਕਰੰਟ ਪੋਲੀਟਿਕਸ ਚੱਲ ਰਹੀ ਹੈ, ਜਿਹੜੀ ਪੋਲੀਟੀਕਲ ਪਾਰਟੀਜ਼ ਹੈਗੀਆਂ, ਇਹਨਾਂ ਨੂੰ ਤੁਸੀਂ ਫਾਊਂਡਿੰਗ ਪ੍ਰਿੰਸੀਪਲਸ ਆਫ ਕਨਸਟੀਟਿਊਸ਼ਨ ਨਾਲ ਕਿਸ ਤਰ੍ਹਾਂ ਕੰਪੇਅਰ ਕਰਦੇ ਹੋ, ਕੀ ਤੁਹਾਡੇ ਵਿਚਾਰ ਹੈਗੇ ਇਸ ਬਾਰੇ? ਅਮਨ ਜੀ, ਤੁਹਾਡੇ ਇਸ ਕੁਐਸਚਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਇਸ ਸਾਰੀ ਜੋ ਤੁਹਾਨੂੰ ਬੈਕਗਰਾਊਂਡ ਦੱਸੀ ਹੈ ਇਸ ਨੂੰ ਹੁਣ ਅਗਰ ਅਸੀਂ ਪ੍ਰੈਜੈਂਟ ਪੋਲੀਟਿਕਸ ਵਿੱਚ ਲੈ ਕੇ ਆਈਏ ਤਾਂ ਤੁਸੀਂ ਵੇਖਦੇ ਹੋ ਜਿਹੜੀ ਸਭ ਤੋਂ ਵੱਡੀ ਓਪੋਜੀਸ਼ਨ ਤੁਸੀਂ ਸੁਣਦੇ ਹੋ ਬਰਨੀ ਸੈਂਡਰਸ ਜੈਸੇ ਕੈਂਡੀਡੇਟਸ ਦੀ, ਐਲਜ਼ਬੈਥ ਵਾਰਨ ਦੇ ਕੈਂਡੀਡੇਟ ਦੀ, ਉਹਨਾਂ ਦਾ ਕੀ ਕਹਿਣਾ ਹੈ ਕਿ ਹੈਲਥ ਕੇਅਰ ਜਿਹੜੀ ਹੈ ਉਸਨੂੰ ਐਕਸਪੈਂਡ ਕੀਤਾ ਜਾਏ, ਜਿਹੜੀ ਐਜੂਕੇਸ਼ਨ ਹੈ ਉਸਨੂੰ ਫਰੀ ਕੀਤਾ ਜਾਏ, ਅਤੇ ਉਹ ਜਿਹੜਾ ਗਵਰਨਮੈਂਟ ਦਾ ਰੋਲ ਹੈ ਉਸਨੂੰ ਵਧਾਉਣ ਦੀ ਗੱਲ ਕਰ ਰਹੀ ਹੈ। ਜਿਹੜੀ ਰਿਪਬਲਿਕਨ ਪਾਰਟੀ ਹੈ ਉਹ ਇਸ ਚੀਜ਼ ਦੀ ਓਪੋਜੀਸ਼ਨ 'ਚ ਹੈ। ਤੁਸੀਂ ਇਹ ਵੇਖਦੇ ਹੋ ਪ੍ਰੈਜ਼ੀਡੈਂਟ ਟਰੰਪ ਦੀ ਜਦ ਤੁਸੀਂ ਪੋਲਿਸੀ ਸੁਣਦੇ ਹੋ ਉਹ ਕੀ ਕਹਿੰਦੇ ਨੇ, ਉਹਨਾਂ ਨੇ ਟੈਕਸ ਕੱਟਸ ਦਿੱਤੇ ਨੇ ਆਪਣੀ, ਯੂਨੋ ਕਿਹਾ ਜਾਂਦਾ ਕਿ ਜਿਹੜੇ ਅਮੀਰ ਲੋਕ ਹਨ ਉਹਨਾਂ ਨੂੰ ਉਹਨਾਂ ਨੇ ਟੈਕਸ ਕੱਟਸ ਦਿੱਤੇ ਨੇ, ਕਿਉਂਕਿ ਇਹ ਰਿਪਬਲਿਕਨ ਪਾਰਟੀ ਦੀ ਜਿਹੜੀ ਹੈ ਪੋਲਿਸੀ ਹੈ, ਉਹਨਾਂ ਦੀ ਇਹ ਅੰਡਰਸਟੈਂਡਿੰਗ ਹੈ ਕੋਨਸਟੀਟਿਊਸ਼ਨ ਦੀ ਕਿ ਬਈ ਜਿਹੜਾ ਗਵਰਨਮੈਂਟ ਹੈ ਉਸਦਾ ਰੋਲ ਜਿਹੜਾ ਮਿਨੀਮਮ ਹੋਣਾ ਚਾਹੀਦਾ, ਉਹਨਾਂ ਕੋਲ ਉਸ ਪੈਸੇ ਦੀ ਲੋੜ ਨਹੀਂ ਹੈਗੀ ਹੈ। ਔਰ ਇੱਕ ਪੁਰਾਣੀ ਥੋਟ ਇਹ ਵੀ ਚੱਲਦੀ ਹੈ ਜਿਸ ਨੂੰ ਪਹਿਲੇ ਟ੍ਰਿਕਲ ਡਾਊਨ ਪੋਲੀਟਿਕਸ ਕਿਹਾ ਜਾਂਦਾ ਹੈ ਕਿ ਬਈ ਜਿਹੜੇ ਅਮੀਰ ਸੈਗਮੈਂਟ ਹੈ ਕੰਟਰੀ ਦਾ, ਜਿਹੜੀ ਯੂਨੋ ਬਿਜ਼ਨਸ ਕਲਾਸ ਹੈ, ਅਗਰ ਉਸਦੇ ਕੋਲ ਜ਼ਿਆਦਾ ਪੈਸਾ ਹੋਏਗਾ ਤਾਂ ਉਹ ਪੈਸਾ ਇਨਵੈਸਟ ਕਰਾਂਗੇ, ਉਹ ਬਿਜ਼ਨਸ 'ਚ ਲਗਾਉਂਗੇ, ਇੰਪਲੋਇਮੈਂਟ ਜਨਰੇਟ ਕਰਾਂਗੇ, ਔਰ ਜਿਹੜੀ ਥੱਲੇ ਦੀ ਜਿਹੜੀ ਗਰੀਬ ਜਨਤਾ ਹੈ ਉਹਨਾਂ ਕੋਲ ਉਹ ਪੈਸਾ ਜਾਏਗਾ। ਹਾਲਾਂਕਿ ਇਸ ਇਕਨੋਮਿਕ ਪੋਲਿਸੀ ਨੂੰ ਰਿਪੀਟਿਡਲੀ ਵਰਲਡ ਓਵਰ ਗਲਤ ਮੰਨਿਆ ਗਿਆ ਹੈ ਕਿ ਇਸ ਚੀਜ਼ ਨੂੰ ਮੰਨਿਆ ਗਿਆ ਕਿ ਇਹ ਇੱਦਾਂ ਕੰਮ ਨਹੀਂ ਕਰਦੀ, ਬਟ ਇਹ ਪੋਲਿਸੀਜ਼ ਜਿਹੜੀਆਂ ਉਹ ਰਿਪਬਲਿਕਨ ਪਾਰਟੀ ਉਸਦੇ ਉੱਪਰ ਚੱਲਦੀ ਹੈ। ਇੱਕ ਜਿਹੜੀ ਹੋਰ ਵਿੰਗ ਤੁਸੀਂ ਦੇਖਦੇ ਹੋ ਜਿਸਨੂੰ ਮੋਡਰੇਟਸ ਕਿਹਾ ਜਾਂਦਾ ਹੈ ਇਸ 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 ਮੁਲਕ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਅੰਦਰ, ਜਿਹਨਾਂ 'ਚ ਜੋ ਬਾਈਡਨ ਆਉਂਦੇ ਨੇ, ਜਿਹਨਾਂ 'ਚ ਪੀਟ ਬੂਟਾਜੈਜ ਆਉਂਦੇ ਨੇ, ਐਮੀ ਕਲੋਬਚਾਰ ਆਉਂਦੇ ਨੇ, ਮਾਈਕ ਬਲੂਮਬਰਗ ਹੁਣ ਆਉਂਦੇ ਨੇ, ਉਹ ਜਿਹੜੇ ਨੇ ਉਹ ਥੋੜ੍ਹੀ ਜਿਹੀ ਸਰਕਾਰ ਦਾ ਰੂਲ ਜ਼ਰੂਰ ਦੇਖਦੇ ਨੇ, ਤੁਹਾਡੀ ਮੈਡੀਕਲ ਪ੍ਰੋਟੈਕਸ਼ਨ ਵਧਾਉਣ 'ਚ, ਤੁਹਾਡੇ ਗਨ ਕੰਟਰੋਲ ਨੂੰ ਕੰਟਰੋਲ ਕਰਨ 'ਚ, ਐਜੂਕੇਸ਼ਨ ਸਟੈਂਡਰਡਸ ਨੂੰ ਇੰਪਰੂਵ ਕਰਨ 'ਚ, ਮਗਰ ਇੱਕ ਜਿਹੜਾ ਬੜਾ ਵੱਡਾ ਰੋਲ ਜਿਵੇਂ ਬਰਨੀ ਸੈਂਡਰਸ ਜਾਂ ਐਲਜ਼ਬੈਥ ਵਾਰਨ ਦੇਖਦੇ ਨੇ, ਜਿਸ ਨੂੰ ਸੋਸ਼ਲਿਸਟ ਕਿਹਾ ਜਾ ਰਿਹਾ ਹੈ, ਜਿਸ ਨੂੰ ਇਹ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਜਿਹੜਾ ਸਰਕਾਰ ਦਾ ਰੋਲ ਹੈ ਉਹ ਬਹੁਤ ਜ਼ਿਆਦਾ ਵੱਡਾ ਕੀਤਾ ਜਾ ਰਿਹਾ ਹੈ, ਉਸ ਚੀਜ਼ ਦੀ ਓਪੋਜੀਸ਼ਨ ਹੈ। ਔਰ ਇਹ ਸੈਂਟਰਲ ਜਿਹੜੀ ਥੀਮ ਹੈ ਡੈਮੋਕ੍ਰੈਟਿਕ ਪਾਰਟੀ ਦੀ ਵੀ ਕਿ ਜਿਹੜਾ ਮੁਲਕ ਹੈ ਉਹ ਇੰਨੀ ਵੱਡੀ ਚੇਂਜ ਵਾਸਤੇ, ਅਸੀਂ ਤੁਹਾਨੂੰ ਦੱਸੀਏ ਫਰੋਮ ਟਾਈਮ ਟੂ ਟਾਈਮ ਇਹ ਚੇਂਜਿਸ ਹੋਈ ਹਨ। ਪਹਿਲੇ ਈਵਨ FDA ਵੀ ਜਿਹੜਾ ਉਹ ਐਕਸੈਪਟੇਬਲ ਨਹੀਂ ਸੀ, ਬਟ ਟੈਡੀ ਰੂਜ਼ਵੈਲਟ ਨੇ ਉਹ ਕੀਤਾ। ਸੋਸ਼ਲ ਸਿਕਿਉਰਿਟੀ ਐਕਸੈਪਟੇਬਲ ਨਹੀਂ ਸੀ, ਬਟ FDR ਨੇ ਉਹ ਚੀਜ਼ਾਂ ਲਿਆਈਆਂ। ਸਿਵਲ ਰਾਈਟਸ ਐਕਸੈਪਟੇਬਲ ਨਹੀਂ ਸੀ, ਮਗਰ ਜੌਨਸਨ ਦੇ ਟਾਈਮ ਉਹ ਆਇਆ। ਹੁਣ ਸਮੇਂ ਨੂੰ ਵੇਖ ਕੇ ਇਹ ਚੇਂਜਿਸ ਪ੍ਰਪੋਜ਼ ਕੀਤੇ ਜਾ ਰਹੀ ਹਨ। ਇਹ ਸਮਾਂ ਵਿਖਾਏਗਾ ਕਿ ਕਿਆ ਮੁਲਕ ਇਨ ਚੇਂਜਿਸ ਵਾਸਤੇ ਰੇਡੀ ਹੈ, ਕਿਆ ਮੁਲਕ ਇਨ ਚੇਂਜਿਸ ਦੀ ਉਹਨਾਂ ਨੂੰ ਲੋੜ ਹੈਗੀ ਹੈ। ਤੁਹਾਡਾ ਕਾਲ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਇਹ ਸੀ ਸਾਡਾ ਅੱਜ ਦਾ ਮੁੱਦਾ, ਸਾਡਾ ਅੱਜ ਦਾ ਸ਼ੋਅ।
असी उम्मीद करते हैं कि तुहानू इस मुल्क दी बेसिक्स दे बारे च, इस मुल्क दी राजनीतिक बनते दे बारे च थोड़ा जा आइडिया होएगा। असी अगे फिर ये गल करांगे, तुसी सानू कॉल करके अपने सवाल पूछ सकते हो। अज साडे नाल जुड़न दा बहुत बहुत शुक्रिया।